ਚਾਰ ਭਾਈ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਰੱਖੇ ਹਨ ਔਰ 31 ਲੰਗਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੇ ਲੰਗਰ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਂਪੁਰਸ਼ਾਂ ਨੂੰ ਵੰਡੇ ਹਨ। ਸੁਤੰਤਰ ਤੌਰ 'ਤੇ ਗੁਰੂ ਦੀਆਂ ਸੰਗਤਾਂ ਵੱਲੋਂ ਜੋ ਨਗਰ ਕੀਰਤਨ ਹਨ ਜਾਂ ਲੰਗਰਾਂ ਦੀ ਆਈਆਂ ਸੰਗਤਾਂ ਦੀ ਸੇਵਾ ਹੈ ਉਸ ਦੀ ਗਿਣਤੀ ਮਿਣਤੀ ਨਹੀਂ ਹੋ ਸਕਦੀ। ਸ਼ਰਧਾਲੂ ਸੰਗਤਾਂ ਆਪਣੇ ਪਿਆਰ ਵਿੱਚ ਹਰ ਰੋਡ ਉੱਪਰ ਹਰ ਬੋਰਡ 'ਤੇ ਹਰ ਨਗਰ ਵਿੱਚ ਕੋਈ ਸ਼ਰੀਰ ਕਰਕੇ ਪਾਣੀ ਜਲ ਦੀ ਸੇਵਾ ਕੋਈ ਲੰਗਰਾਂ ਭੜਾਰਿਆਂ ਕਰਕੇ ਇਸ ਤਰ੍ਹਾਂ ਬਹੁਤ ਸਾਰੇ ਦੀਵਾਨ ਆਦਿਕ ਇਹ ਜੋ ਨਗਰ ਕੀਰਤਨ ਹਨ ਇਹਨਾਂ ਦੇ ਪਿੱਛੇ ਸਾਰਾ ਗੁਰਬਾਣੀ ਦਾ ਸੰਯੋਗ ਜੋੜਿਆ ਹੈ। ਜਿਸ ਤਰ੍ਹਾਂ ਸ੍ਰੀ ਗੋਬਿੰਦਵਾਲ ਸਾਹਿਬ ਚਾਂਦੀ ਦੀ ਉਹ ਪਵਿੱਤਰ ਪਾਲਕੀ ਮੌਜੂਦ ਹੈ ਜਿਸ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲੇ ਸਤਿਗੁਰਾਂ ਦੀ ਜੋ ਬਾਣੀ ਪੋਥੀ ਸਾਹਿਬ ਦੇ ਸਰੂਪ ਵਿੱਚ ਸੀ ਇਸ ਪਵਿੱਤਰ ਪਾਲਕੀ ਵਿੱਚ ਬਾਬਾ ਮੋਹਨ ਜੀ ਤੋਂ ਲੈ ਕੇ ਉਹ ਪਰਮ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਬਾਣੀ ਦਾ ਸੰਗ੍ਰਹਿ ਔਰ ਸਦਾਈ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਭਾਈ ਗੁਰਦਾਸ ਜੀ ਤੋਂ ਤਿਆਰ ਕਰਾ ਰਹੇ ਸਨ ਜਿਹਦੇ ਵਿੱਚ ਸੰਤ ਮਹਾਂਪੁਰਸ਼ਾਂ ਭਗਤਾਂ ਦੀ ਬਾਣੀ ਦਰਜ ਕਰਕੇ ਔਰ ਪਹਿਲੇ ਸਾਰੇ ਗੁਰੂ ਸਾਹਿਬਾਨਾਂ ਦੀ ਅਤੇ ਆਪਣੀ ਬਾਣੀ ਉਸ ਪਰਮ ਪਵਿੱਤਰ ਸਾਰੀ ਸੰਗ੍ਰਹਿ ਕੀਤੀ ਹੋਈ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਰੂਪ ਬਖਸ਼ਿਸ਼ ਕਰਕੇ ਪਹਿਲਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕਿਰਪਾ ਕਰਦਿਆਂ ਕੀਤਾ ਸੀ ਅਤੇ ਬਾਬਾ ਬੁੱਢਾ ਜੀ ਨੂੰ ਅਰਦਾਸ ਬੇਨਤੀ ਤੋਂ ਬਾਅਦ ਹੁਕਮ ਰਹਿਣ ਵਾਸਤੇ ਆਗਿਆ ਕੀਤੀ ਅਤੇ ਸੇਵਾ ਬਖਸ਼ਿਸ਼ ਕੀਤੀ। ਪਹਿਲਾ ਜੋ ਹੁਕਮ ਸੀ ਸੂਈ ਮਹਲਾ ਪੰਜਵਾਂ ਸੰਤਾਂ ਕੈ ਕਾਰਜ ਆਪ ਖੁਲਿਆ ਹਰ ਕੰਮ ਕਰਾਵਣ ਆਇਆ ਰਾਮ ਇਹ ਗੁਰੂ ਦੀਆਂ ਸੰਗਤਾਂ ਨੂੰ ਭਾਈ ਪ੍ਰਾਪਤ ਹੋਇਆ ਸੀ। ਸੋ ਇਹਨਾਂ ਕਾਰਨਾਂ ਨੂੰ ਮੁੱਖ ਰੱਖ ਕੇ ਖੋਜ ਤੋਂ ਬਹੁਤ ਸਾਰੀਆਂ ਨਵੀਆਂ ਵਿਚਾਰਾਂ ਪ੍ਰਾਪਤ ਹੁੰਦੀਆਂ ਨਵੇਂ ਬਚਨ ਮਿਲਦੇ ਹਨ ਕਿ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਰਮ ਪਵਿੱਤਰ ਬਾਣੀ ਸੀ ਉਹ ਬਾਰਠ ਸਾਹਿਬ ਜੋ ਅਸਥਾਨ ਹੈ ਪਠਾਨਕੋਟ ਦੇ ਰਸਤੇ ਵਿੱਚ ਉਹ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤੋਂ ਪ੍ਰਾਪਤ ਕੀਤੀ, ਦੂਸਰੇ ਸਤਿਗੁਰੂ ਜੀ, ਤੀਸਰੇ ਅਤੇ ਚੌਥੇ ਸਤਿਗੁਰੂ ਜੀ ਦੀ ਬਾਣੀ ਬਾਬਾ ਮੋਹਨ ਜੀ ਤੋਂ ਸ਼੍ਰੀ ਗੋਬਿੰਦਵਾਲ ਸਾਹਿਬ ਚੁਆਰਾ ਸਾਹਿਬ ਜੀ ਦੇ ਪਾਵਨ ਅਸਥਾਨ ਤੋਂ ਪ੍ਰਾਪਤ ਕੀਤੀ। ਇਸ ਚੀਜ਼ ਨੂੰ ਮੁੱਖ ਰੱਖ ਕੇ ਅਤੇ ਨਗਰ ਕੀਰਤਨ ਜੋ ਹਨ ਇਹਨਾਂ ਦੋ ਅਸਥਾਨਾਂ ਤੋਂ ਜ਼ਰੂਰ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਹਰਿਮੰਦਰ ਸਾਹਿਬ ਤੱਕ ਪਹੁੰਚਣ। ਇਸ ਵਾਸਤੇ ਦੋ ਤਾਕਤਾਂ ਦਾ ਔਰ ਦੋ ਇਹਨਾਂ ਪਵਿੱਤਰ ਅਸਥਾਨਾਂ ਦਾ ਸਤਿਗੁਰੂ ਜੀ ਨੇ ਸਹਿਯੋਗ ਲਿਆ। ਸੋ ਸਾਧ ਸੰਗਤ ਜੀਓ, ਜਦੋਂ ਵਿਚਾਰ ਵਾਸਤੇ ਵਿਦਵਾਨ ਬੈਠੇ ਕਈਆਂ ਦਾ ਖਿਆਲ ਸੀ ਕਿ ਗੋਬਿੰਦਵਾਲ ਸਾਹਿਬ ਨੂੰ ਕੀਤਾ ਜਾਏ। ਫਿਰ ਬਹੁਤ ਸਾਰਿਆਂ ਨੇ ਵਿਚਾਰ ਇਹ ਦਿੱਤਾ ਕਿ ਬਾਬਾ ਸ੍ਰੀ ਚੰਦ ਜੀ ਤੋਂ ਵੀ ਪਹਿਲੇ ਪਾਤਸ਼ਾਹ ਦੀ ਬਾਣੀ ਪ੍ਰਾਪਤ ਹੋਈ ਹੈ
ਵਾਹਿਗੁਰੂ ਸਾਹਿਬ ਦਾ ਸਥਾਨ ਵੀ ਨਾਲ ਰੱਖਿਆ ਜਾਏ। ਫਿਰ ਗੋਇੰਦਵਾਲ ਸਾਹਿਬ ਬਾਬਾ ਮੋਹਨ ਜੀ ਤੋਂ ਪੋਥੀ ਸਾਹਿਬ ਪ੍ਰਾਪਤ ਹੋਏ ਹਨ। ਫਿਰ ਵਿਚਾਰ ਚੱਲੇ ਕਿ ਸਤਿਗੁਰੂ ਜੀ ਨੇ ਮੂਲ ਮੰਤਰ ਦਾ ਆਰੰਭ ਸੁਲਤਾਨਪੁਰ ਲੋਧੀ ਗੁਰਦੁਆਰਾ ਸੰਤ ਘਾਟ ਤੋਂ ਕੀਤਾ, ਬਾਣੀ ਆਰੰਭ ਉੱਥੋਂ ਹੋਈ ਹੈ ਔਰ ਸਿੱਖਾਂ ਦੇ ਪਹਿਲੇ ਗੁਰੂ ਸਤਿਗੁਰੂ ਜੀ ਹਨ। ਇਹ ਨਗਰ ਕੀਰਤਨ ਉੱਥੋਂ ਆਰੰਭ ਹੋਣਾ ਚਾਹੀਦਾ। ਵਿਚਾਰਾਂ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਹੁੰਦੀਆਂ ਕਿ ਅਸੀਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਇਹ ਆਰੰਭਤਾ ਕੀਤੀ। ਗੱਜ ਕੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਦਮਦਮਾ ਸਾਹਿਬ ਇਸ ਬੀੜ ਦੀ ਕਥਾ ਦਸਮ ਗੁਰੂ ਜੀ ਨੇ ਨੌਵੇਂ ਪਾਤਸ਼ਾਹ ਦੀ ਬਾਣੀ ਇਸ ਕਰਤਾਰਪੁਰ ਵਾਲੀ ਬੀੜ ਵਿੱਚ ਦਰਜ ਕਰਕੇ ਸੰਪੂਰਨਤਾ ਬਖਸ਼ਿਸ਼ ਕੀਤੀ। ਅਰਥ ਪੜ੍ਹਾਏ ਸੀਨੇ ਸੀਨੇ ਜੋ ਅੱਜ ਵੀ ਚੱਲਦੇ ਹਨ ਉਸ ਸਥਾਨ ਨੂੰ ਵੀ, ਅਤੇ ਕੇਸਗੜ੍ਹ ਸਾਹਿਬ ਜਿੱਥੇ ਇਸ ਬਾਣੀ ਦਾ ਖੰਡੇਵੜ ਦਾ ਅੰਮ੍ਰਿਤ ਬਖਸ਼ ਕਰਕੇ ਸਿੱਖੀ ਦਾ ਬੂਟਾ ਜਿਹੜਾ ਅਸੀਂ ਫਲਦਾਈ ਬਣਾ ਕੇ ਬਾਣੀ ਬਾਣਾ ਮੂਲ ਮੰਤਰ ਸਿਮਰਨ ਬਜਰ ਰਹਿਤਾਂ ਤੋਂ ਰਹਿਤ ਰਹਿਤਾਂ ਦੀ ਪ੍ਰਪਕਤਾ ਜੋ ਖਾਲਸੇ ਨੂੰ ਪੂਰਨ ਮਨੁੱਖ ਬਣਾਉਣ ਵਿੱਚ ਸਹਾਇਕ ਗੁਣ ਹਨ ਬਖਸ਼ਿਸ਼ ਕਰਕੇ ਕਿਰਪਾਲਤਾ ਕੀਤੀ ਕਿ ਉਸ ਸਥਾਨ ਨੂੰ ਵੀ ਨਾਲ ਜੋੜਨਾ ਚਾਹੀਦਾ ਜਿੱਥੋਂ ਬਾਣੀ ਦਾ ਨਿਯਮਬੱਧ ਨਿਤਨੇਮ ਬਖਸ਼ਿਸ਼ ਕੀਤਾ ਔਰ ਨਿਯਮਬੱਧ ਅਸੂਲ ਖਾਲਸੇ ਨੂੰ ਬਖਸ਼ਿਸ਼ ਕੀਤੇ। ਇਹ ਸਿਆਣੇ ਵਿਦਵਾਨਾਂ ਨੇ ਵਿਚਾਰ ਕਰਕੇ ਇਹ ਭਾਈ ਨਗਰ ਕੀਰਤਨ ਜੋ ਹਨ ਰੱਖੇ ਹਨ। ਫਿਰ ਸਾਰੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਵੀ ਇਸ ਪਵਿੱਤਰ ਗੁਰਪੁਰਬ ਨੂੰ ਮਨਾਉਣ ਵਾਸਤੇ ਸੰਗਤਾਂ ਆਪੋ ਆਪਣੇ ਉੱਦਮ ਕਰ ਰਹੀਆਂ ਹਨ। ਉਸ ਉੱਦਮ ਵਿੱਚ ਆਪ ਜੀ ਵੀ ਭਾਈ ਸ਼ਾਮਿਲ ਹੋ ਰਹੇ ਨੇ। ਸਤਿਗੁਰੂ ਜੀ ਨੇ ਕਿਰਪਾਲਤਾ ਕੀਤੀ ਜਿੱਥੇ ਆਪ ਪ੍ਰਬੰਧਕਾਂ ਨੂੰ ਸੰਗਤਾਂ ਨੂੰ ਇਹ ਉੱਦਮ ਬਖਸ਼ਿਸ਼ ਕੀਤਾ, ਦਾਸ ਨਾਲ ਵੀ ਸੰਪਰਕ ਕੀਤਾ ਔਰ ਦਾਸ ਨੇ ਆਉਂਦਿਆਂ ਹੀ ਜਿੱਥੇ ਸ਼੍ਰੀਮਾਨ ਬਾਬਾ ਠਾਕਰ ਸਿੰਘ ਜੀ ਮਹਾਰਾਜ ਜੋ ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਸ਼ ਹਨ, ਉਹਨਾਂ ਨੇ ਵੀ ਇੱਥੇ ਸੰਗਤ ਨੂੰ ਦਰਸ਼ਨ ਬਖਸ਼ਿਸ਼ ਕੀਤੇ ਸਨ। ਆਉਂਦੇ ਹੀ ਪਹਿਲਾਂ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਅਤੇ ਇਹ ਸਮਾਗਮ ਬਾਰੇ ਆਪ ਸਾਰਿਆਂ ਵੱਲੋਂ ਬੇਨਤੀ ਕੀਤੀ। ਕੁਦਰਤੀ ਦਾਸ ਵੀ ਹਾਜ਼ਰ ਹਨ, ਭਾਵੇਂ ਮਹਾਂਪੁਰਸ਼ਾਂ ਦਾ ਸਰੀਰ ਸਿਆਣਾ ਹੈ ਅਤੇ ਸਿਹਤ ਦੀ ਉਮਰ ਦੇ ਲਿਹਾਜ਼ ਨਾਲ ਕਈ ਵਾਰੀ ਐਸਾ ਅੰਤਰ ਹੋ ਜਾਂਦਾ ਹੈ। ਸਾਊਥ ਹਾਲ ਜਾਣ ਵਾਸਤੇ ਤਿਆਰ ਸੀ ਪਰ ਮਹਾਂਪੁਰਸ਼ਾਂ ਨੇ ਬੇਨਤੀ ਪ੍ਰਵਾਨ ਕੀਤੀ, ਉਹ ਵੀ ਥੋੜ੍ਹੇ ਮਿੰਟਾਂ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਸ਼ਨ ਦੀਦਾਰੇ ਕਰਨ ਵਾਸਤੇ ਅਤੇ ਸੰਗਤ ਨੂੰ ਦਰਸ਼ਨ ਦੇਣ ਵਾਸਤੇ ਭਾਈ ਆ ਰਹੇ ਹਨ। ਇਸੇ ਤਰ੍ਹਾਂ ਦਾਸ ਨੂੰ ਪਤਾ ਲੱਗਿਆ ਕਿ ਤਰਨਾ ਦਾ ਲਹਰੀਆਂ ਮੇਲਾ ਜੋ ਨਿਹੰਗ ਸਿੰਘਾਂ ਦੀ ਜਥੇਬੰਦੀ ਹੈ, ਸ਼੍ਰੀਮਾਨ ਬਾਬਾ ਨਿਹਾਲ ਸਿੰਘ ਜੀ ਉਹਨਾਂ ਨੇ ਵੀ ਕਿਰਪਾ ਕੀਤੀ ਇੱਥੇ ਪਹੁੰਚੇ ਹਨ ਅਤੇ ਕੰਨਿਆਂ ਵਾਸਤੇ ਬੜਾ ਸੁੰਦਰ ਕਾਲਜ ਬਣਾਇਆ, ਬੜਾ ਉਦਮ ਕਰਦੇ ਹਨ, ਪਰਉਪਕਾਰੀ ਹਨ। ਉਹਨਾਂ ਨੇ ਵੀ ਕਿਰਪਾ ਕੀਤੀ, ਦਾਸ ਨਾਲ ਸਾਰੇ ਮਹਾਂਪੁਰਖ ਸਾਰੀਆਂ ਸੰਪਰਕਾਂ ਸਾਰੇ ਜਥੇਬੰਦੀਆਂ ਪਿਆਰ ਕਰਦੀਆਂ ਹਨ। ਇਹ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਮਹਾਂਪੁਰਸ਼ਾਂ ਦੀ ਭਾਈ ਕਿਰਪਾਲਤਾ ਹੈ, ਮਨੁੱਖ ਦੀ ਆਪਣੀ ਚਿਤਰਾਈ ਨਹੀਂ। ਸੋ ਉਹਨਾਂ ਨੂੰ ਵੀ ਬੇਨਤੀ ਕੀਤੀ ਖੜ੍ਹੇ ਪੈਰ ਕੋਈ ਸਮਾਗਮ ਨਵੇਂ ਰੂਪ ਵਿੱਚ ਉਹਨੂੰ ਕੋਈ ਰੂਪ ਦੇਣਾ ਹੋਵੇ ਤਾਂ ਬੜਾ ਕਠਿਨ ਵੀ ਹੁੰਦਾ ਹੈ,
ਪਰ ਮਹਾਂਪੁਰਸ਼ਾਂ ਨੇ ਆਪਣੇ ਸਾਰੇ ਰਝੇਵਿਆਂ ਨੂੰ ਉੱਥੇ ਸੰਕੋਚ ਦਿੱਤਾ ਅਤੇ ਬੇਨਤੀਆਂ ਪ੍ਰਵਾਨ ਕੀਤੀਆਂ। ਜੋ ਆਪ ਜੀ ਦਾ ਇਹ ਹਫ਼ਤਾਵਾਰੀ ਪਹਿਲਾ ਦਿਨ ਹੈ ਸਮਾਗਮ ਦਾ, ਇਹ ਸ਼ੁਰੂਆਤ ਮਹਾਂਪੁਰਸ਼ਾਂ ਤੋਂ ਭਾਈ ਹੋ ਰਹੀ ਹੈ। ਇਸ ਪਵਿੱਤਰ ਸਮਾਗਮ ਵਿੱਚ ਬਾਬਾ ਨਿਹਾਲ ਸਿੰਘ ਜੀ, ਜੋ ਤਰਨਾ ਦਲ ਨਿਹੰਗ ਸਿੰਘਾਂ ਦਾ ਜਥੇਦਾਰ ਜੀ ਹਨ, ਉਹਨਾਂ ਨੇ ਵੀ ਭਾਈ ਬੇਨਤੀ ਪ੍ਰਵਾਨੇ ਨਹੀਂ ਕੀਤੀ, ਸਗੋਂ ਦਿੱਤੇ ਹੋਏ ਸਮੇਂ ਨਾਲ ਕਿਰਪਾ ਵੀ ਕੀਤੀ ਹੈ। ਸੋ ਇਸੇ ਸਮਾਗਮ ਵਿੱਚ ਸੰਤ ਗਿਆਨੀ ਮਸਕੀਨ ਸਿੰਘ ਜੀ, ਜੋ ਬੜੇ ਸੁਲਝੇ ਹੋਏ ਗੁਰਮੁਖ ਪਿਆਰੇ ਹਨ ਔਰ ਮਹਾਂਪੁਰਸ਼ਾਂ ਤੋਂ ਹੀ ਉਹਨਾਂ ਨੇ ਵਿਦਿਆ ਲਈ ਹੈ, ਉਹਨਾਂ ਨੇ ਵੀ ਭਾਈ ਕਿਰਪਾ ਕਰਨੀ ਹੈ। ਸੋ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤੁਹਾਡੇ ਵਾਸਤੇ ਬਹੁਤ ਸ਼ੁਭ ਅਤੇ ਭਾਗਾਂ ਭਰਿਆ ਇਹ ਗੁਰਪੁਰਬ ਮਨਾਉਣ ਦਾ ਉਦਮ ਜੋ ਹੈ, ਇਹ ਭਾਈ ਬਖਸ਼ਿਸ਼ ਕੀਤਾ। ਦਾਸ ਨੂੰ ਉਚੇਚੇ ਤੌਰ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਤੇ ਸਮੂਹ ਮੈਂਬਰਾਂ ਵੱਲੋਂ, ਸ਼੍ਰੋਮਣੀ ਕਮੇਟੀ ਵੱਲੋਂ ਇਹ ਭਾਈ ਪ੍ਰੇਰਨਾ ਸੀ ਕਿ ਜਿੱਥੇ ਵੀ ਸੰਗਤ ਵਿੱਚ ਜਾਣ ਇਸ ਗੁਰਪੁਰਬ ਬਾਰੇ ਸਮੂਹ ਸੰਗਤ ਨੂੰ ਜਾਗਰਤ ਕਰਨਾ ਚਾਹੀਦਾ। ਸੋ ਸੰਤ ਮਹਾਰਾਜ ਬਾਬਾ ਰੋਸ਼ਨ ਸਿੰਘ ਜੀ ਮਹਾਰਾਜ ਗੋਤੀ ਮਰਦਾਨ ਵਾਲੇ, ਉਹਨਾਂ ਨੇ ਵੀ ਬੜੀ ਕਿਰਪਾਲਤਾ ਕੀਤੀ। ਪਿਛਲੇ ਦਿਨਾਂ 'ਚ 500 ਸਾਲਾਂ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਅਵਤਾਰ ਪੁਰਬ ਸਮੂਹ ਸੰਗਤ ਨੇ ਸੰਤ ਬਾਬਾ ਸੇਵਾ ਸਿੰਘ ਜੀ, ਉਹਨਾਂ ਦੇ ਉਦਮ ਸਦਕਾ ਸਾਰੀਆਂ ਸਿੱਖ ਜਥੇਬੰਦੀਆਂ ਸਮੂਹ ਸੰਗਤਾਂ ਦੇਸ਼ ਪ੍ਰਦੇਸ਼ ਦੀਆਂ ਨਾਲ ਰਲ ਕੇ ਬੜੀ ਧੂਮਧਾਮ ਨਾਲ ਮਨਾਇਆ ਹੈ। ਇਸੇ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਸ ਧੁਰੇ ਨਾਲ ਸੰਗਤ ਜੁੜੀ ਹੈ, ਜਿਹਦੇ ਆਸਰੇ ਅੱਜ ਸੰਗਤ ਬਚ ਰਹੀ ਹੈ, ਨਹੀਂ ਤਾਂ ਰਾਗ ਦੁਆਸ਼ ਦੇ ਜਿਹੜੇ ਪੌੜ ਹੈ ਉਸਨੇ ਬੜਬੜੀਆਂ ਸੰਪਰਦਾਵਾਂ ਬੜਬੜੀਆਂ ਕੌਮਾਂ ਪੀ ਸਿੱਟੀਆਂ, ਦਲੀਆ ਜ਼ਰੂਰ ਬਣ ਗਈਆਂ। ਸਿੱਖ ਕੌਮ ਵਾਸਤੇ ਵੀ ਆਰਾ ਬਹੁਤ ਚੱਲ ਰਿਹਾ, ਪਰ ਗੁਰੂ ਗ੍ਰੰਥ ਸਾਹਿਬ ਇੱਕ ਇਹੋ ਜਿਹਾ ਧੁਰਾ ਕਹਿਣ ਸਤਿਗੁਰੂ ਜੀ ਕਰਦਾ ਹੈ ਜਿਹਦੇ ਆਸਰੇ ਅਸੀਂ ਇਸ ਕਲਯੁਗ 'ਚ ਬਚ ਰਹੇ ਹਾਂ। ਅਗਰ ਸਤਿਗੁਰੂ ਜੀ ਇਹ ਕਿਰਪਾਲਤਾ ਨਾ ਕਰਦੇ ਤਾਂ ਅਸੀਂ ਵੀ ਸਾਰਿਆਂ ਨੇ ਭਾਈ ਪਿੰਡ ਪੁੰਡ ਜਾਣਾ ਸੀ। ਇਹ ਬਾਣੀ ਹੈ ਜੋ ਸਾਨੂੰ ਘੇਰ ਕੇ ਮੋੜ ਮੋੜ ਕੇ ਉਸ ਅਕਾਲ ਪੁਰਖ ਦੇ ਅਤੇ ਗੁਰੂ ਦੇ ਸਿਧਾਂਤਾਂ ਨਾਲ ਭਾਈ ਜੋੜਨ ਦੀ ਸਮਰੱਥਾ ਰੱਖਦੀ ਹੈ ਅਤੇ ਜੋੜ ਰਹੀ ਹੈ। ਸੋ ਉਹਨਾਂ ਮਹਾਂਪੁਰਸ਼ਾਂ ਦਾ ਵੀ ਬਹੁਤ ਧੰਨਵਾਦ ਹੈ ਜਿਨ੍ਹਾਂ ਦਾ ਜੀਵਨ ਇਸ ਬਾਣੇ ਅਤੇ ਗੁਰੂ ਦੇ ਸਿਧਾਂਤਾਂ ਦੇ ਅਨੁਕੂਲ ਹੈ। ਜੋ ਸਮੇਂ ਵਿੱਚ ਲਤਾੜੀ ਜਾਣ ਵਾਲੀ ਸਿੱਖ ਕੌਮ ਨੂੰ ਸਤਿਗੁਰੂ ਜੀ ਦੇ ਸਿਧਾਂਤਾਂ 'ਤੇ ਕਾਇਮ ਰੱਖਣ ਵਾਸਤੇ ਦੇਸਾਂ ਪ੍ਰਦੇਸਾਂ 'ਚ ਵਿਚਰ ਕੇ ਆਪਣਾ ਪੂਰਨ ਤੌਰ 'ਤੇ ਯੋਗਦਾਨ ਪਾ ਕੇ ਅਤੇ ਉਹ ਵਿਦਵਾਨ ਜੋ ਪੰਥ ਦੇ ਦਰਦੀ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਨੁਕੂਲ ਜਿਨ੍ਹਾਂ ਦਾ ਜੀਵਨ ਹੈ ਅਤੇ ਬਾਣੀ ਦੇ ਸਿਧਾਂਤਾਂ ਮੁਤਾਬਕ ਜੀਵਨ ਜਿਉਣ ਦੀ ਜਾਂਚ ਸੰਗਤਾਂ ਨੂੰ ਵਿਚਰ ਕੇ ਹਰ ਜਗ੍ਹਾ ਦੱਸ ਰਹੇ ਹਨ, ਉਹ ਵੀ ਭਾਈ ਸਾਰੇ ਵਿਦਵਾਨ ਸਾਰੇ ਮਹਾਂਪੁਰਸ਼ ਭਾਈ ਸ਼ਲਾਘਾਯੋਗ ਹਨ ਅਤੇ ਕੌਮ ਦੇ ਸਿਰ ਉੱਪਰ ਉਹਨਾਂ ਦਾ ਬੜਾ ਭਾਈ ਰਿਣ ਹੋਏਗਾ ਜੋ ਸਤਿਗੁਰੂ ਜੀ ਦੇ ਬਚਨਾਂ 'ਤੇ ਆਪ ਪਹਿਰਾ ਦਿੰਦੇ ਹਨ।
ਅਤੇ ਸਤਿਗੁਰੂ ਜੀ ਵੱਲੋਂ ਸਿਰਜੇ ਹੋਏ ਪੰਥ ਦੀ ਵਫ਼ਾਦਾਰੀ ਵਾਸਤੇ ਅਕਾਲ ਤਖ਼ਤ ਨੂੰ ਸਮਰਪਿਤ ਹੋ ਕੇ ਯੋਗਦਾਨ ਪਾ ਰਹੇ ਹਨ। ਸੋ ਸਤਿਗੁਰੂ ਜੀ ਨੇ ਬਹੁਤ ਵੱਡੀ ਭਾਈ ਕਿਰਪਾਲਤਾ ਕੀਤੀ ਹੈ ਕਿ ਆਪ ਜੀ ਨੇ ਜੋ ਸ਼੍ਰੀ ਅਕਾਲ ਤਖ਼ਤ ਵੱਲੋਂ ਇਹ ਸ਼ਤਾਬਦੀਆਂ ਦਾ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਕੀਤਾ, ਉਸ ਵਿੱਚ ਤੁਸੀਂ ਵੀ ਸ਼ਾਮਿਲ ਹੋ ਕੇ ਗੁਰੂ ਖਾਲਸਾ ਪੰਥ ਦੀਆਂ ਭਾਈ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਉਦਮਸ਼ੀਲ ਬਣ ਰਹੇ ਹੋ। ਆਉਣ ਤੋਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਨਾਲ ਫੋਨ 'ਤੇ ਵਿਚਾਰਾਂ ਹੋਈਆਂ ਅਤੇ ਇਸੇ ਹੀ ਸਮਾਗਮ ਨੂੰ ਵਿਸ਼ੇਸ਼ ਰੂਪ ਵਿੱਚ ਮਨਾਉਣ ਵਾਸਤੇ ਉਹਨਾਂ ਵੱਲੋਂ ਵੀ ਇਹੀ ਪ੍ਰੇਰਨਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿੱਥੇ ਵੀ ਆਪ ਵਿਚਰਦੇ ਹੋ, ਭਾਵੇਂ ਅੱਗੇ ਵੀ ਇਹੀ ਆਸ਼ਾ ਹੈ, ਉਸੇ ਆਸ਼ਾ ਨੂੰ ਮੁੱਖ ਰੱਖ ਕੇ ਸੰਗਤਾਂ ਨੂੰ ਹੋਰ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾ ਸਕੇ, ਸਾਡੀਆਂ ਮਨਾਈਆਂ ਹੋਈਆਂ ਸ਼ਤਾਬਦੀਆਂ ਭਾਈ ਸਹੀ ਮਹਿਨਿਆਂ ਵਿੱਚ ਤਾਂ ਹੀ ਪੂਰੀ ਸਫਲਤਾ ਗ੍ਰਹਿਣ ਕਰਨਗੀਆਂ ਜੇ ਅਸੀਂ ਗੁਰੂ ਦੇ ਆਦੇਸ਼ਾਂ 'ਤੇ ਚੱਲਦੇ ਹੋਏ ਜੋ ਸਤਿਗੁਰੂ ਜੀ ਨੇ ਮਰਿਆਦਾ ਦੀ ਪਰੰਪਰਾ ਕਾਇਮ ਕੀਤੀ ਹੈ ਚਾਰ ਬਜਰ ਰਹਿਤਾਂ ਤੋਂ ਬਚਣਾ ਔਰ ਪੰਜ ਰਹਿਤਾਂ ਵਿੱਚ ਪਰਪੱਕ ਹੋਣਾ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਪੰਜਾਂ ਪਿਆਰਿਆਂ ਤੋਂ ਖੰਡੇਵਾੜ ਦਾ ਅੰਮ੍ਰਿਤ ਛਕ ਕੇ ਬਾਣੀ ਨਾਲ ਔਰ ਬਾਣੀ ਨਾਲ ਜੁੜਨਾ ਅਤੇ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਸਵੇਰੇ ਸ਼ਾਮ ਦਾ ਨਿਤਨੇਮ ਅਤੇ ਮੂਲ ਮੰਤਰ ਅਤੇ ਗੁਰਮੰਤਰ ਸਿਮਰਨ ਵਾਸਤੇ ਜੋ ਕਿਰਪਾਲਤਾ ਕੀਤੀ ਹੈ, ਮਨ ਦੀ ਇਕਾਗਰਤਾ ਬੁੱਧੀ ਦੇ ਨਿਰਮਲ ਗਿਆਨ ਵਾਸਤੇ ਅਤੇ ਆਤਮਾ ਗਿਆਨ ਅਭੇਦ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਔਰ ਨਿਰਵਾਣ ਮੁਕਤੀ ਦੀ ਅਵਸਥਾ ਬੰਧਨ ਤੋਂ ਰਹਿਤ ਆਵਾਗਮ ਨੂੰ ਮਿਟਾਉਣ ਵਾਸਤੇ ਇਹ ਜੋ ਦਾਤਾਂ ਬਖਸ਼ਿਸ਼ ਕੀਤੀਆਂ ਹਨ, ਹੋਰ ਵੀ ਬਹੁਤ ਗੁਰਮਤਿ ਦੇ ਭਾਈ ਅਸੂਲ ਹਨ ਜਿਨ੍ਹਾਂ ਵਿੱਚ ਵਿਚਰ ਕੇ ਅਸੀਂ ਸਤਿਗੁਰੂ ਜੀ ਦੇ ਘਰੋਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਹਨ। ਉਹਨਾਂ ਬਖਸ਼ਾਂ ਵਾਸਤੇ ਹੀ ਇਹ ਸ਼ਤਾਬਦੀਆਂ ਦੇ ਭਾਈ ਸ੍ਰੇਸ਼ਟ ਉਦਮ ਹਨ ਕਿ ਸਾਡੇ ਵਿੱਚ ਕੋਈ ਖੰਡਾਓ, ਕੋਈ ਕਮਜ਼ੋਰੀ ਕਿਸੇ ਪੱਖ ਦੀ ਗੁਰਮਤਿ ਤੋਂ ਭਿੰਨ ਆਈ ਹੋਵੇ, ਗੁਰਮਤਿ ਦੀਆਂ ਵਿਚਾਰਾਂ ਕਰਕੇ ਉਹ ਕਮਜ਼ੋਰੀਆਂ ਨੂੰ ਦੂਰ ਕੀਤਾ ਜਾ ਸਕੇ ਅਤੇ ਸਤਿਗੁਰੂ ਜੀ ਦੇ ਸਿਧਾਂਤਾਂ ਨਾਲ ਜੁੜ ਕੇ ਅਸੀਂ ਲੋਕ ਪ੍ਰਲੋਕ ਦੀ ਯਾਤਰਾ ਵੀ ਸਫਲ ਕਰੀਏ ਅਤੇ ਸਤਿਗੁਰੂ ਜੀ ਦੀ ਪਾਵਨ ਆਸ਼ੀਰਵਾਦ ਵੀ ਪ੍ਰਾਪਤ ਕਰੀਏ। ਇਸ ਵਾਸਤੇ ਭਾਈ ਇਹ ਸ਼ਤਾਬਦੀਆਂ ਦੇ ਜੋ ਉਦਮ ਹਨ ਕੀਤੇ ਹਨ, ਪਿਛਲੀ ਸ਼ਤਾਬਦੀ ਵਿੱਚ ਵੀ ਬਹੁਤ ਸਾਰੀਆਂ ਸੰਗਤਾਂ ਬਾਹਰਲੇ ਦੇਸ਼ਾਂ ਤੋਂ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਅਸਥਾਨ ਆਣ ਖੜੂਰੇ ਜੋਤ ਜਗਾਈ ਉਸ ਪਵਿੱਤਰ ਧਰਤੀ ਦੀ ਖਾਕ ਮੱਥੇ ਨੂੰ ਲਾ ਕੇ ਨਤਮਸਤਕ ਹੋਈਆਂ, ਲੰਗਰਾਂ ਵਿੱਚ, ਦੀਵਾਨਾਂ ਵਿੱਚ ਹੋਰ ਜੋ ਸੇਵਾਵਾਂ ਮਿਲੀਆਂ ਸਨ ਕਰਕੇ ਆਪ ਜੀ ਨੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਇਸੇ ਤਰ੍ਹਾਂ ਭਾਈ ਇਹ ਪਰਮ ਪਵਿੱਤਰ ਸ਼ਤਾਬਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਉਤਸਵ। ਇਹਦਾ ਮਤਲਬ ਜਿਸ ਦਿਨ ਪਹਿਲੀ ਵਾਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਭਾਵੇਂ ਉਸ ਪੀੜ ਦੀ ਰਚਨਾ ਅਤੇ ਰਾਮਸਰ ਅੰਮ੍ਰਿਤਸਰ ਸਾਹਿਬ ਹੋਈ ਹੈ, ਇਸ ਵੇਲੇ ਉਸ ਰੂਪ ਕਰਤਾਰਪੁਰ ਧੀਰ ਮਲੀਆਂ ਦੇ ਸੇਵਾ ਦੇ ਪ੍ਰਬੰਧ 'ਚ ਹੋਣ ਕਾਰਨ ਉਸ ਬੀੜ ਨੂੰ ਆਪਾਂ ਕਰਤਾਰਪੁਰ ਸਾਹਿਬ ਵਾਲੀ ਬੀੜ ਕਹਿੰਦੇ ਹਾਂ। ਔਰ ਦਮਦਮਾ ਸਾਹਿਬ ਜਦੋਂ ਸਤਿਗੁਰੂ ਜੀ ਨੇ ਨੌਵੇਂ ਸਤਿਗੁਰਾਂ ਦੀ ਬਾਣੀ ਸਰੂਪ ਵਿੱਚ ਦਰਜ ਕਰਕੇ ਅਰਥ ਪੜ੍ਹਾਏ, ਬਖਸ਼ਿਸ਼ ਕੀਤੀ, ਦਮਦਮਾ ਸਾਹਿਬ ਸਥਾਨ 'ਤੇ
ਇਹ ਕਿਰਪਾ ਕਰਨ ਕਾਰਨ ਉਸ ਗੀਤ ਨੂੰ ਅਸੀਂ ਦਮਦਮੀ ਗੀਤ ਕਹਿੰਦੇ ਹਾਂ। ਤੀਜਾ ਸਰੂਪ ਉਦੋਂ ਹੀ ਰਚਿਆ ਸੀ, ਦੂਜਾ ਕਹਿ ਲਓ, ਜਦੋਂ ਭਾਈ ਬੰਨੋ ਜੀ ਨੇ ਇਸ ਸਰੂਪ ਪਹਿਲੇ ਤੋਂ ਜੋ ਭਾਈ ਗੁਰਦਾਸ ਜੀ ਮਹਾਰਾਜ ਤੋਂ ਲਿਖਾਇਆ, ਅਕਾਰਾ ਕਰਕੇ ਕੁਝ ਵਾਧੂ ਬਾਣੀ ਦਰਜ ਕੀਤੀ ਸੀ, ਜਿਸ ਨੂੰ ਸਤਿਗੁਰੂ ਜੀ ਨੇ ਕਿਹਾ ਇਹ ਖਾਰੀ ਬੀੜ ਹੈ, ਜੋ ਉਹਨਾਂ ਦੀ ਔਲਾਦ ਮਾਂਗਟ ਨਿਵਾਸੀ ਸਨ ਉਹਨਾਂ ਦੇ ਪਾਸ ਹੈ। ਸੋ ਸਾਧ ਸੰਗਤ ਜੀ, ਇਹ ਤਿੰਨ ਸਰੂਪਾਂ ਦੇ ਭੇਦ ਹਨ। ਭਾਵੇਂ ਬਹੁਤ ਸਾਰੇ ਮਹਾਂਪੁਰਖਾਂ ਨੇ ਬਾਬਾ ਵੀਰ ਚੰਦ ਜੀ ਨੇ ਵੀ ਕਿਰਪਾ ਕੀਤੀ, ਜੋ ਸਰੂਪ ਉਹਨਾਂ ਦੀ ਔਲਾਦ ਦੇ ਪਾਸ ਹੈ, ਬਾਬਾ ਦਇਆ ਸਿੰਘ ਜੀ ਦੇ ਪਾਸ, ਸੋ ਉਹਦੇ ਵਿੱਚ ਬਲਾਵਲ ਰਾਗ ਤੱਕ ਬਾਣੀ ਹੈ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਪਾ ਕੀਤੀ ਸੀ, ਜੋ ਇਸ ਤੋਂ ਪਾਠ ਕਰੇਗਾ ਉਹਨੂੰ ਵੀ ਪੂਰਾ ਹੀ ਫਲ ਮਿਲੇਗਾ। ਜੋ ਸ਼੍ਰੀ ਜਪਜੀ ਸਾਹਿਬ ਦੇ ਸ਼ੁੱਧ ਪਾਠ ਤੋਂ ਕਿਤਨੀ ਕਿਰਪਾ ਕਰਨ ਲਈ ਤਿਆਰ ਹੋ ਜਾਂਦੇ ਹਨ, ਸਾਰੀ ਬਾਣੀ ਦੀ ਤੇ ਕੋਈ ਮਹਿਮਾ ਹੈ ਹੀ ਨਹੀਂ। ਸੋ ਇਸ ਤਰ੍ਹਾਂ ਹੋਰ ਬਹੁਤ ਸਾਰੇ ਨਿਰਮਲੇ ਸੰਤਾਂ ਵੱਲੋਂ, ਅਰਦਾਸੀ ਸੰਤਾਂ ਵੱਲੋਂ ਮਹਾਰਾਜ ਦੇ ਸਰੂਪ ਜੋ ਉਹਨਾਂ ਸਮਿਆਂ ਵਿੱਚ ਦੇਖੇ, ਉਹ ਸਰੂਪ ਵੀ ਸਾਰੇ ਸਤਿਕਾਰ ਯੋਗ ਹਨ। ਸਮੇਂ ਨਾਲ ਪੱਥਰ ਛਾਪਾ ਆਇਆ, ਅੱਜ ਪ੍ਰੈਸ ਹੈ ਪਈ, ਹੁਣ ਤਾਂ ਬਹੁਤ ਤਕਨੀਕਾਂ ਨਿਕਲ ਆਈਆਂ। ਬਾਣੀ ਕਿਸੇ ਢੰਗ ਨਾਲ ਵੀ ਲਿਖੀ ਜਾਏ, ਬਾਣੀ ਹਰ ਰੂਪ ਵਿੱਚ ਹੀ ਸਤਿਕਾਰ ਯੋਗ ਹੈ, ਕਿਉਂਕਿ ਕੀਮਤ ਦੇ ਬਾਣੀ ਦੀ ਇਹ ਭਿੰਨਤਾ ਮਨ 'ਚ ਨਹੀਂ ਜਾਣੀ। ਭਾਈ ਇਹ ਸਰੂਪ ਹੱਥ ਲਿਖਤ, ਇਹ ਪੱਥਰ ਛਾਪਾ, ਇਹ ਪ੍ਰੈਸ 'ਚ ਹੈ, ਜਿਤਨੀ ਵੀ ਬਾਣੀ ਹੈ। ਭਗਤ ਰਵਿਦਾਸ ਨੇ ਕਿਹਾ ਕਾਗਰਾ ਕਰਤ ਨਮਸਕਾਰ, ਉਹ ਕਾੜੀ ਦਾ ਦਰਖਤ ਹੈ, ਉਹ ਤੋਂ ਸ਼ਰਾਬ ਨਿਕਲਦੀ ਹੈ, ਸੰਤ ਜਨ ਤਰਕ ਨਹੀਂ ਪਾਣ, ਪਰ ਉਸੇ ਤਾੜੀ ਦੇ ਦਰਖਤ ਦੇ ਪੱਤਿਆਂ 'ਤੇ ਭਾਈ ਉਹਨੂੰ ਕਾਗਜ਼ ਬਣਾ ਕੇ ਕੋਈ ਪਰਮੇਸ਼ਰ ਸੰਬੰਧੀ ਸ਼ਬਦ ਲਿਖਿਆ ਜਾਏ, ਲੋਕ ਉਹਨੂੰ ਨਮਸਕਾਰ ਕਰਦੇ ਹੈ। ਮੁੱਲ ਗੁਰਬਾਣੀ ਦਾ, ਕਈ ਵਾਰੀ ਅਸੀਂ ਇਹਨਾਂ ਭੇਦਾਂ ਵਿੱਚ ਪੈ ਕੇ ਸ਼ੰਕਿਆਂ 'ਚ ਪੈ ਜਾਂਦੇ ਹਾਂ, ਇਹਨਾਂ ਸ਼ੰਕਿਆਂ 'ਚ ਨਹੀਂ ਪੈਣਾ। ਬਾਣੀ ਹਰ ਪੱਖ ਤੋਂ ਹਰ ਰੂਪ ਵਿੱਚ ਭਾਈ ਸਤਿਕਾਰ ਯੋਗ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਦਮਦਮੀ ਟਕਸਾਲ ਦੇ ਜਥੇ ਰਾਗ, ਭਾਵੇਂ ਸਰੀਰ ਸਿਆਣਾ ਹੈ, ਕੁਝ ਦਿਨ ਪਹਿਲਾਂ ਸਿਹਤ ਵੀ ਸਾਧ ਸੰਗਤ ਜੀ ਪੂਰੀ ਵੱਲ ਨਹੀਂ ਰਹੀ, ਬਜ਼ੁਰਗ ਹਨ, ਸਤਿਕਾਰ ਯੋਗ ਹਨ, ਬੇਨਤੀ ਕੀਤੀ ਉਹਨਾਂ ਨੇ ਵੀ ਕਿ ਸਾਨੂੰ ਥੋੜ੍ਹਾ ਸਮਾਂ ਸੰਗਤ 'ਚ ਬਿਠਾਇਆ ਜਾਏ। ਅਸੀਂ ਬੇਨਤੀ ਕੀਤੀ ਸੀ ਭਾਵੇਂ 10-15 ਮਿੰਟ ਦੀ ਕਿਰਪਾ ਕਰੋ, ਪ੍ਰਬੰਧਕਾਂ ਦੀ ਸੰਗਤ ਦੀ ਅਮੰਗ ਹੈ। ਦੂਸਰੇ ਮਹਾਂਪੁਰਸ਼ ਜਹਿਦਾਰ ਬਾਬਾ ਨਿਹਾਲ ਸਿੰਘ ਜੀ, ਉਹ ਪੂਰੇ ਦਿੱਤੇ ਹੋਏ ਨਿਸ਼ਚਿਤ ਸਮੇਂ ਅਨੁਸਾਰ ਭਾਈ ਇੱਥੇ ਤਸ਼ਰੀਫ ਲਿਆਏ, ਉਹਨਾਂ ਨੂੰ ਵੀ ਜੀਵ ਆਇਆ। ਫਿਰ ਸੰਤ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ, ਉਹਨਾਂ 'ਤੇ ਵੀ ਬੜੀ ਕਿਰਪਾ, ਮਹਾਂਪੁਰਸ਼ਾਂ ਦੇ ਪਾਸ ਰਹਿ ਕੇ ਉਹਨਾਂ ਨੇ ਵਿੱਦਿਆ ਲਈ ਹੈ ਅਤੇ ਦੇਸਾਂ ਪ੍ਰਦੇਸਾਂ 'ਚ ਬੜੀ ਕਿਰਪਾਲਤਾ ਕਰਦੇ ਰਹਿੰਦੇ ਹਨ ਅਤੇ ਸੰਗਤਾਂ ਨਾਲ ਬਹੁਤ ਪਿਆਰ ਹਰਮਨ ਪਿਆਰੇ ਹਨ। ਉਹਨਾਂ ਨੇ ਵੀ ਬੜੀ ਕਿਰਪਾ ਇਸ ਹਫ਼ਤਾ ਇਸ ਸਥਾਨ 'ਤੇ ਵੀ ਕਰਨੀ, ਹੋਰ ਜਗ੍ਹਾ ਜਿੱਥੇ ਸੰਗਤ ਪਿਆਰ ਕਰਦੀ ਹੈ ਵਿਚਰ ਕਰਕੇ। ਹੁਣ ਇਸ ਵੇਲੇ ਮੌਜੂਦਾ ਜਿੰਨੇ ਵੀ ਸਮਾਗਮ ਚੱਲ ਰਹੇ ਹਨ ਉਹ ਸਾਰੇ ਦੇ ਸਾਰੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੋ ਰਹੇ ਹਨ, ਕਿਉਂਕਿ ਅਸੀਂ ਸਾਰੇ ਮਹਾਰਾਜ ਨੂੰ ਸਮਰਪਿਤ ਹਾਂ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਗਿਆ, ਸਿੱਖ ਵੀ ਹੋ ਗਏ, ਜਿਹੜਾ ਗੁਰੂ ਨੂੰ ਸਮਰਪਿਤ ਨਹੀਂ ਹੋਇਆ ਉਹਨੂੰ ਸਿੱਖੀ ਕਿਵੇਂ ਮਿਲੇਗੀ? ਸਿੱਖੀ ਉਸੇ ਨੂੰ ਮਿਲੇਗੀ ਜੋ ਸਤਿਗੁਰੂ ਜੀ ਨੂੰ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਹੁਕਮ ਮੰਨੇ ਨੂੰ ਗੁਰੂ ਕੇਰਾ ਗਾਵੋ ਸੱਚੀ ਬਾਣੀ। ਸਿੱਖੀ ਦੇ ਭਾਈ ਦੋ ਕੰਢੇ ਹਨ, ਜਿਸ ਤਰ੍ਹਾਂ ਦੋ ਕੰਢਿਆਂ 'ਚ ਨਦੀ ਨਹਿਰ ਦਰਿਆ ਚੱਲਦੇ ਹਨ,
ਸਿੱਖੀ ਪਾਣਾ ਔਰ ਬਾਣੀ ਜੇ ਦੋਨੋਂ ਚੀਜ਼ਾਂ ਸਾਡੇ ਕੋਲ ਰਹਿਣਗੀਆਂ ਸਾਡੇ ਹਿਰਦੇ 'ਚ ਸਿੱਖੀ ਦਾ ਪ੍ਰਵਾਹ ਚੱਲਦਾ ਰਹੂਗਾ ਜੇ ਅਸੀਂ ਬਾਣੇ ਨਾਲੋਂ ਟੁੱਟ ਗਏ ਬਾਣੀ ਨਾਲੋਂ ਟੁੱਟ ਗਏ ਸਮਝੋ ਅਸੀਂ ਸਿੱਖੀ ਨਾਲੋਂ ਟੁੱਟ ਗਏ ਇਸ ਧੁਰੇ ਨਾਲੋਂ ਟੁੱਟ ਗਏ ਧੁਰਾ ਹੈ ਬਾਣੀ ਕਿਉਂਕਿ ਧੁਰ ਨਾਲ ਜੋੜਨ ਵਾਲੀ ਬਾਣੀ ਸਾਰਿਆਂ ਦਾ ਧੁਰਾ ਅਕਾਲ ਪੁਰਖ ਹੈ ਉਹਦੇ ਨਾਲ ਜੋੜਨ ਦਾ ਸਾਧਨ ਗੁਰੂ ਕੀ ਬਾਣੀ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਏ ਸੋ ਸਾਧ ਸੰਗਤ ਜੀ ਦਾਸ ਹੋਰ ਸਮਾਂ ਨਾ ਲਾਉਣ ਕਿਉਂਕਿ ਮਹਾਂਪੁਰਸ਼ਾਂ ਨੇ ਵੀ ਕਿਰਪਾ ਕਰਨੀ ਅਤੇ ਜਥੇਦਾਰ ਜੀ ਮਹਾਰਾਜ ਕਿਰਪਾ ਕੀਤੀ ਮਸਕੀਨ ਸਾਹਿਬ ਜੀ ਨੇ ਵੀ ਕਿਰਪਾ ਭਾਈ ਕਰਨੀ ਹੈ ਅਤੇ ਚਾਰ ਦਿਨ ਪਹਿਲੇ ਹੁੰਦੇ ਇਸ ਸਥਾਨ 'ਤੇ ਫਿਰ ਭਾਈ ਸ਼ਨਿਚਰ ਅਤੇ ਐਤਵਾਰ ਐਤਵਾਰ ਨੂੰ ਸੰਗਤਾਂ ਕੋਈ ਛੁੱਟੀ ਦਾ ਦਿਨ ਹੈ ਹੋਰ ਵਧੇਰੇ ਰੂਪ 'ਚ ਆਉਂਦੀਆਂ ਹਨ ਸੋ ਜਿੰਨਾ ਭਾਈ ਸਮਾਗਮਾਂ 'ਚ ਆਉਂਗੇ ਬਾਣੀ ਸੁਣੋਗੇ ਕਥਾ ਕੀਰਤਨ ਸੁਣੋਗੇ ਸਿਮਰਨ ਕਰੋਗੇ ਸੇਵਾ ਕਰੋਗੇ ਇਹ ਆਪਾਂ ਨੂੰ ਕਿਸੇ ਉੱਪਰ ਸਾਨ ਨਹੀਂ ਚਾੜਨਾ ਇਹਦੇ 'ਚ ਸਾਨੂੰ ਆਪਣੇ ਤੌਰ 'ਤੇ ਲਾਹਾ ਹੈ ਜੇ ਤਾਂ ਇਹਦੇ ਵਿੱਚ ਸਮਝ ਕੇ ਸਾਨੂੰ ਲਾਹਾ ਮਿਲੇਗਾ ਇਹ ਤਾਂ ਸਾਰੇ ਸਿੰਘ ਵੀ ਸਾਰੀਆਂ ਸਿੰਘਣੀਆਂ ਵੀ ਆਪ ਵੀ ਆਓ ਆਪਣੇ ਪਰਿਵਾਰ ਅਤੇ ਸਮੂਹ ਸੰਗਤਾਂ ਨੂੰ ਪ੍ਰੇਰ ਕੇ ਜਿਹੜੇ ਸਥਾਨ 'ਤੇ ਵੀ ਸਮਾਗਮ ਇਸ ਢੰਗ ਨਾਲ ਹੋਵੇ ਉੱਥੇ ਸਾਰੇ ਪਹੁੰਚ ਜਾਓ ਜੇ ਆਪਾਂ ਆਪੋ ਆਪਣੀ ਢਾਈ ਪਾ ਖਿਚੜੀ ਬਣਾਉਂਦੇ ਰਹਿ ਫਿਰ ਇਕੱਠ ਕਿਸੇ ਸਥਾਨ 'ਤੇ ਵੀ ਨਹੀਂ ਹੁੰਦਾ ਵਿਸ਼ੇਸ਼ ਰੂਪ 'ਤੇ ਵੰਡ ਲਓ ਸਾਰੇ ਸਥਾਨਾਂ ਵਾਲੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਹ ਸਮਾਗਮ ਮਨਾਉਣਾ ਫਿਰ ਜਿੰਨੀਆਂ ਵੀ ਸੰਗਤਾਂ ਉੱਥੇ ਪਹੁੰਚੋ ਉਹਦੇ 'ਚ ਲਾਭ ਵੀ ਜ਼ਿਆਦਾ ਹੋਊ ਪਿਆਰ ਵੀ ਵਧੂ ਏਕਤਾ ਵੀ ਰਸ ਵੀ ਹੋਏਗਾ ਵੀ ਇੱਕੋ ਦਿਨ ਵੀ ਅਸੀਂ ਵੀ ਇਹ ਦਿਨ ਰੱਖਣਾ ਮਨਾਓ ਜ਼ਰੂਰ ਘਰ ਘਰ ਅੰਦਰ ਧਰਮ ਸਾਲ ਹੋ ਗਿਆ ਕੀਰਤਨ ਸਦਾ ਦਸੋਆ ਪਰ ਉਹਦੇ 'ਚ ਆਪਣੀ ਯੂਨਿਟੀ ਨਹੀਂ ਬਣੇਗੀ ਇਕੱਤਰਤਾ ਨਹੀਂ ਹੋਏਗੀ ਪੂਰਾ ਰਸ ਨਹੀਂ ਹੋਏਗਾ ਸਾਰੇ ਗੁਰਦੁਆਰਿਆਂ 'ਚ ਉੱਥੇ ਬੈਠੇ ਹੈ ਪੰਜ ਉੱਥੇ ਬੈਠੇ ਹੈ ਫਿਰ ਉਪਦੇਸ਼ ਦੇਣ ਵਾਲੇ ਨੂੰ ਵੀ ਸਵਾਦ ਨਹੀਂ ਆਉਂਦਾ ਇਸ ਕਰਕੇ ਭਾਈ ਇਹ ਬੇਨਤੀ ਜ਼ਰੂਰ ਪ੍ਰਵਾਨ ਕਰ ਲਿਓ ਸੋ ਗਿਆਨੀ ਸੰਤ ਸਿੰਘ ਜੀ ਮਸਕੀਨ ਉਹਨਾਂ ਨੇ ਵੀ ਭਾਈ ਜਿੰਨੇ ਦਿਨ ਤੁਸੀਂ ਦਿੱਤੇ ਆ ਕਿਰਪਾ ਕਰਨੀ ਹੈ ਤੁਸੀਂ ਹਾਲ ਗੁਰਦੁਆਰਿਆਂ ਨੇ ਆਪੋ ਆਪਣੀ ਮਰਿਆਦਾ ਬਣਾਈ ਹੈ ਅਤੇ ਅਸੀਂ ਜਿਹੜੇ ਹੋਣੇ ਸਾਨੂੰ ਵੀ ਫਿਰ ਨਾਲ ਭਾਈ ਤੁਰਨਾ ਪੈਂਦਾ ਪਰ ਤੁਸੀਂ ਥੋੜ੍ਹਾ ਜਿਹਾ ਸਾਡੇ ਨਾਲ ਵੀ ਤੁਰਨਾ ਸਿੱਖ ਲਓ ਤੋਰਨਾ ਹੀ ਨਾ ਸਿੱਖੋ ਤੁਰਨਾ ਵੀ ਸਿੱਖੋ ਇਹ ਦੋ ਦਿਨ ਤੁਸੀਂ ਮਿਸ ਕਰ ਲੈਂਦੇ ਹਾਂ ਸ਼ੁੱਕਰ ਅਤੇ ਸ਼ਨਿਚਰਵਾਰ ਜਦੋਂ ਸੰਗਤ ਜੁੜਨ ਲੱਗੇ ਤੁਸੀਂ ਦੋ ਦਿਨ ਬ੍ਰੇਕ ਲਾ ਲੈਂਦੇ ਹਾਂ ਫਿਰ ਸਾਨੂੰ ਵੀ ਉਹ ਦੋ ਦਿਨ ਸੋਚਣਾ ਪੈਂਦਾ ਹੁਣ ਕਿੱਧਰ ਨੂੰ ਜਾਈਏ ਰੱਜ ਕੇ ਬੋਲੋ ਉਸ ਦੂਏ ਨੂੰ ਪ੍ਰੋਗਰਾਮ ਦੇਈਏ ਤਾਂ ਵੀ ਔਖਾ ਤੁਹਾਡੇ ਨਾਲ ਆਈਏ ਤਾਂ ਵੀ ਔਖਾ ਇਸ ਗੁਰਦੁਆਰੇ 'ਚ ਇਹ ਗੱਲ ਹਮੇਸ਼ਾ ਹੀ ਰਹਿੰਦੀ ਹਫ਼ਤਾ ਪੂਰਾ ਦੀਵਾਨ ਚਲਾਇਆ ਕਰੋ ਤਾਂ ਜੋ ਸੰਗਤ ਦਾ ਜਿਹੜਾ ਵੇਗ ਹੈ ਉਤਸ਼ਾਹ ਦਾ ਉਸੇ ਤਰ੍ਹਾਂ ਹੀ ਬਣਿਆ ਰਹੇ ਭਾਈ ਸੋ ਇਸ ਕਰਕੇ ਇਹ ਬੇਨਤੀ ਪ੍ਰਵਾਨ ਕਰ ਲਿਓ ਬਾਕੀ ਗੁਰੂ ਘਰ ਹੈਗੇ ਹਫ਼ਤਾ ਸਮਾਗਮ ਚੱਲਦਾ ਸੰਗਤ ਵੱਧਦੀ ਤੁਰੀ ਜਾਂਦੀ ਹੈ ਜਦੋਂ ਤੁਹਾਡੀ ਗਿਣਤੀ ਵਧਣ ਲੱਗਣੀ ਹੈ ਉਦੋਂ ਤੁਸੀਂ ਥੱਕ ਜਾਂਦੇ ਜਾਂ ਕਾਰਨ ਪਤਾ ਨਹੀਂ ਕੀ ਹੋ ਜਾਂਦਾ ਸੋ ਸਾਰਾ ਹਫ਼ਤਾ ਲਗਾਤਾਰ ਰੱਖਿਆ ਹੋ ਸੋ ਭਗਤੇ ਦਾ ਵੀ ਉਤਸ਼ਾਹ ਬਣਿਆ ਰਹਿੰਦਾ ਸਰੋਤਿਆਂ ਦਾ ਵੀ ਇਸ ਕਰਕੇ ਮਹਾਂਪੁਰਸ਼ਾਂ ਦਾ ਅੰਤਨ ਬਾਬਾ ਠਾਕਰ ਸਿੰਘ ਜੀ ਮਹਾਰਾਜ ਔਰ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਅਤੇ ਸੰਤ ਸਿੰਘ ਜੀ ਮਸਕੀਨ ਸਾਹਿਬ ਜਿਹਨਾਂ ਦੇਖੋ ਬੜੀ ਕਿਰਪਾ ਕੀਤੀ ਸਾਡੀ ਕਈ ਵੀ ਸੋਚ ਬੜੀ ਥੱਲੇ ਚਲੇ ਜਾਂਦੀ ਅਤੇ ਜਿੰਨੇ ਆਉਂਦੇ ਆ ਇਹ ਮਾਇਆ ਵਾਸਤੇ ਆਉਂਦੇ ਆ ਮਾਇਆ ਭਾਈ ਜਿਹੜੀ ਹੈ ਜੇ ਤੁਸੀਂ ਧਰਮ ਖਾਤੇ ਕਿਸੇ ਨੂੰ ਦਿੰਦੇ ਹਾਂ
ਇਹ ਸਾਰੀ ਮਾਇਆ ਕੋਈ ਆਪਣੇ ਪੇਟ ਤੇ ਪਾਉਂਦਾ ਨਹੀਂ, ਇਹ ਤੁਹਾਡੇ ਹੀ ਧਰਮ ਕਾਰਜਾਂ ਚ ਲੱਗ ਜਾਂਦੀ ਹੈ, ਤੁਹਾਡੀ ਮਾਇਆ ਸਗੋਂ ਸਫਲ ਹੋ ਜਾਂਦੀ ਹੈ। ਕਿਉਂਕਿ ਹਰ ਗੁਰਮੁਖ ਪਿਆਰੇ ਨੇ ਜਿਹੜਾ ਵੀ ਸੂਝਵਾਨ ਹੈ ਉਹ ਮਾਇਆ ਦਾ ਦੁਰਉਪਯੋਗ ਨਹੀਂ ਕਰਦਾ, ਜਾਂ ਤਾਂ ਉਹ ਸ਼ਰਾਬ ਪੀਂਦਾ ਹੋਵੇ ਜਾਂ ਹੋਰ ਨਸ਼ਾ ਜਾਂ ਕੋਈ ਹੋਰ ਬੁਰਾਈ ਹੋਵੇ, ਇਹਦਾ ਤੁਹਾਡੀ ਮਾਇਆ ਭਾਈ ਨਿਸਫਲ ਚੱਲੂ। ਜੇ ਤੁਸੀਂ ਕੋਈ ਯੋਗਦਾਨ ਕਿਸੇ ਗੁਰਮੁਖ ਪਿਆਰੇ ਨੂੰ ਦਿੰਦੇ ਉਹ ਮਾਇਆ ਨੂੰ ਸਮਾਜਿਕ ਧਾਰਮਿਕ ਜਾਂ ਹੋਰ ਪਵਿੱਤਰ ਸੇਵਾ ਚਲਾ ਦਿੰਦੇ ਉਹ ਤੁਹਾਡੀ ਮਾਇਆ ਸਗੋਂ ਸਫਲ ਹੋ ਜਾਂਦੀ ਹੈ। ਜਿਹੜੀ ਸਫਲ ਮਾਇਆ ਉਹ ਵੱਧਦੀ ਹੁੰਦੀ ਹੈ, ਘੱਟਦੀ ਨਹੀਂ ਹੁੰਦੀ, ਇਹ ਇੱਕ ਭੁਲੇਖਾ ਹੁੰਦਾ। ਇਸ ਕਰਕੇ ਪਹਿਲਾਂ ਤਾਂ ਇਹੋ ਜਿਹੀ ਜਿਹੜੀ ਘਟੀਆ ਸੋਚ ਹੈ ਇਹ ਮਨ 'ਚੋਂ ਖਤਮ ਕਰੋ। ਠੀਕ ਹੈ, ਨਾਲ ਸਾਡਾ ਵੀ ਚਾਹੀਦਾ ਸਾਡਾ ਵੀ ਜੀਵਨ ਬੜਾ ਉੱਚਾ ਸੁੱਚਾ ਪਵਿੱਤਰ ਹੋਵੇ ਤਾਂ ਜੋ ਸਾਡੀ ਪਵਿੱਤਰਤਾ ਤੋਂ ਤੁਹਾਨੂੰ ਵੀ ਲਾਭ ਮਿਲ ਸਕੇ। ਸੋ ਇਹ ਵੀ ਜ਼ਰੂਰੀ, ਇਹੀਆਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ ਸਾਰੇ ਮਹਾਂਪੁਰਸ਼ਾਂ ਦਾ ਔਰ ਪ੍ਰਬੰਧਕਾਂ ਦਾ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੋ ਸੈਕਟਰੀ ਸਾਹਿਬ ਨੇ 7 ਵਜੇ ਤੋਂ ਕਿਹਾ ਸੀ ਅਤੇ 6 ਮਿੰਟ ਸੈਕਟਰੀ ਸਾਹਿਬ ਨੂੰ ਦੇ ਉੱਤੇ ਉਹਨਾਂ ਨੇ ਕੋਈ ਵਚਨ ਉਲਾਸ ਕਰਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪੁਰਸ਼ੋਤ ਪਰਮ ਪਰਾਵਰ ਨਾਥ ਜੁਗਤ ਚਰਨ ਮਨ ਬੰਦਨਾ ਪਰ 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 ਕਰ ਮਾਥ ਜੁਗਤ ਚਰਨ ਮਨ ਬੰਦਨਾ ਪਰ 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 ਕਰ ਮਾਥ ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਤਿਕਾਰ ਯੋਗ ਗੁਰੂ ਖਾਲਸਾ ਸਾਹਿਬ ਸਿੰਘ ਜੀ ਅੰਮ੍ਰਿਤ ਕੇ ਨਾਤੇ ਸਰਬੰਸ ਦਾਨੀ ਸਤਿਗੁਰੂ ਕਰਮੀ ਧਨ ਪਿਤਾ ਜੀ ਦੀ ਬਖਸ਼ਿਸ਼ ਕੀਤੀ ਹੋਏ ਗੁਰੂ ਫਤਿਹ ਦਾਸ ਵਲੋਂ ਨਿਮਰਤਾ ਸਾਹਿਬ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਖੁਸ਼ੀ ਦੀ ਗੱਲ ਹੈ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਜਾਗਤ ਜੋਤ ਪ੍ਰਗਟ ਗੁਰਾਂ ਕੀ ਦੇਹ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 400 ਸਾਲਾਂ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਇਸ ਪਵਿੱਤਰ ਸਥਾਨ ਤੇ ਸਮਾਗਮ ਆਰੰਭ ਹੋ ਰਹੇ ਹਨ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਜੋ ਆਪ ਨਰਾਇਣ ਕਲਾ ਧਾਰ ਜਗ ਨੂੰ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਰੂਪ ਅੰਦਰ ਸੰਸਾਰ ਵਿੱਚ ਪ੍ਰਗਟ ਹੋਏ। ਵਾਹਿਗੁਰੂ ਜਦੋਂ ਸੰਸਾਰ ਦੇ ਭਲੇ ਵਾਸਤੇ ਆਪਣੀ ਸ਼ਕਤੀ ਨੂੰ ਪ੍ਰਗਟ ਕਰਦੇ ਹਨ ਤਾਂ ਗੁਰੂ ਦੇ ਰੂਪ ਵਿੱਚ ਕਰਦੇ ਹਨ। ਗੁਰੂ ਹੀ ਸਾਨੂੰ ਵਾਹਿਗੁਰੂ ਜੀ ਨਾਲ ਬੁਲਾਉਂਦੇ ਹਨ। ਗੁਰੂ ਦੁਆਰਾ ਹੀ ਅਸੀਂ ਆਤਮਾ ਕਰਕੇ ਪਰਮ ਆਤਮਾ ਵਿੱਚ ਲੀਨ ਹੋ ਸਕਦੇ ਹਾਂ ਅਤੇ ਗੁਰੂ ਅਤੇ ਵਾਹਿਗੁਰੂ ਵਿੱਚ ਕੋਈ ਅੰਤਰ ਨਹੀਂ ਹੁੰਦਾ, ਕੋਈ ਭੇਦ ਨਹੀਂ ਹੁੰਦਾ। ਗੁਰੂ ਅਤੇ ਵਾਹਿਗੁਰੂ ਇੱਕ ਸਰੂਪ ਹੀ ਹਨ। ਗੁਰ ਪਰਮੇਸ਼ਰ ਇੱਕੋ ਜਾਣ, ਇਹ ਸਤਿਗੁਰੂ ਜੀ ਦਾ ਸਾਡੇ ਵਾਸਤੇ ਹੁਕਮ ਹੈ। ਪਹਿਲੇ ਜਾਣੇ ਅੰਦਰ ਹੀ ਸਤਿਗੁਰੂ ਗ੍ਰੀਵ ਰਾਜ ਪਾਤਸ਼ਾਹ ਜੀ ਨੇ ਆਪਣੀਆਂ ਪਿਆਰੀਆਂ ਗੁਰਸਿੱਖ ਸੰਗਤਾਂ ਨੂੰ ਸ਼ਬਦ ਗੁਰੂ ਦਾ ਸਿਧਾਂਤ ਬਖਸ਼ਿਸ਼ ਕਰ ਦਿੱਤਾ ਸੀ। ਇਹ ਸ਼ਬਦ ਉਚਾਰਨ ਕਰਕੇ ਪਵਨ ਆਰੰਭ ਸਤਿਗੁਰ ਮਤ ਬੇਲਾ ਸ਼ਬਦ ਗੁਰੂ
ਸੁਰਤ ਪੁਨ ਚੇਲਾ ਦੂਸਰੇ ਸਰੂਪ ਬੰਦਰ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹ ਗੱਲ ਚੰਗੀ ਤਰ੍ਹਾਂ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਪ੍ਰਬੰਧ ਕੀਤੀ ਅਤੇ ਇਹ ਗੱਲ ਸਮਝਾਈ ਕਿ ਸ਼ਬਦ ਗੁਰੂ ਹੈ। ਸ਼ਬਦ ਗੁਰੂ ਤੋਂ ਬਿਨਾਂ ਸਿੱਖ ਦੇ ਹਿਰਦੇ ਵਿੱਚੋਂ ਗਿਆਨ ਦਾ ਰੂਪੀ ਹਨੇਰਾ ਦੂਰ ਨਹੀਂ ਹੋ ਸਕਦਾ ਅਤੇ ਗਿਆਨ ਰੂਪੀ ਪ੍ਰਕਾਸ਼ ਨਹੀਂ ਹੋ ਸਕਦਾ। ਜਿੰਨਾ ਕਿਰ ਗੁਰੂ ਕੇ ਸਿੱਖ ਦੇ ਹਿਰਦੇ ਦੇ ਹਿਰਦੇ ਨੂੰ ਪੁਕਾਰਦੇ ਅੰਦਰ ਸ਼ਬਦ ਰੂਪੀ ਜੋਤ ਨਹੀਂ ਜਗਦੀ ਉਹਨਾਂ ਚਿਰ ਅਗਿਆਨਤਾ ਰੂਪੀ ਹਨੇਰਾ ਦੂਰ ਨਹੀਂ ਹੁੰਦਾ। ਉਹਦੇ ਬੰਦਾ ਜਲ ਰਹੇ ਜਲ ਮੈਨੂੰ ਕੁੰਭ ਨਾ ਹੋਵੇ, ਗਿਆਨ ਦਾ ਬੰਦਾ ਮਰ ਰਹੇ ਗੁਰ ਮੈਨੂੰ ਗਿਆਨ ਨਾ ਹੋਏ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦੇ ਆ ਗੁਰ ਮੈਨੂੰ ਕੋਰ ਅੰਧਾਰ। ਤੀਸਰੇ ਪਾਤਸ਼ਾਹ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਦੋਹੇ ਬਣੇ ਆਵੇ ਸਤਿਗੁਰੂ ਜੀ ਨੇ ਇਹ ਆਖ ਕੇ ਬਾਣੀ ਗੁਰੂ ਜੀ ਦੀ ਜੋ ਮਹਾਨਤਾ ਹੈ ਉਹਨੂੰ ਪ੍ਰਗਟ ਕੀਤਾ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਜਿਸ ਜੀਵਨ ਅਵਰ ਨਾ ਕੋਏ। ਇਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਬਾਣੀ ਰੂਪ ਹਨ ਗੁਰੂ ਰੂਪ ਹਨ ਇਹ ਨਿਰਾਕਾਰ ਨਿਰੰਕਾਰ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਜੀ ਦਾ ਪ੍ਰਤੱਖ ਸਰੂਪ ਹਨ ਅਤੇ ਇਹਨਾਂ ਦੇ ਸਦਰਸ਼ ਇਹਨਾਂ ਦੇ ਦੁੱਧ ਇਹਨਾਂ ਦੇ ਸਮਾਨ ਹੋਰ ਕੋਈ ਸ਼ਕਤੀ ਨਹੀਂ ਹੋ ਸਕਦੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਧਿਆ ਇਹਨਾਂ ਸਵਾਰਿਆ, ਉੜੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਸਤਿਗੁਰੂ ਜੀ ਨੇ ਸ਼ਬਦ ਗੁਰੂ ਦੇ ਮਹਾਨਤਾ ਨੂੰ ਪ੍ਰਗਟ ਕਰਦਿਆਂ ਹੋਇਆ ਆਪਣੇ ਗੁਰਸਿੱਖਾਂ ਦੇ ਹਿਰਦਿਆਂ ਅੰਦਰ ਸ਼ਬਦ ਗੁਰੂ ਦੇ ਸਿਧਾਂਤ ਨੂੰ ਪ੍ਰਬਲ ਕਰਦਿਆਂ ਹੋਇਆ ਫਰਮਾਇਆ ਹੈ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਲ ਮਾਨੈ ਪ੍ਰਤੱਖ ਗੁਰੂ ਦਸਤਾਰੇ। ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਤਿਗੁਰੂ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਹਾਨ ਕਿਰਪਾ ਕਰਕੇ ਸਾਰੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਅੰਦਰ ਉਸ ਵੇਲੇ ਪੋਥੀ ਸਾਹਿਬ ਆਖਿਆ ਜਾਂਦਾ ਸੀ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਭਾਦਰੋਂ ਸੁਧੀ ਇੱਕ ਵਾਲੇ ਦਿਨ ਉਸ ਤਖ਼ਤ ਤੇ ਜਿਸ ਤਖ਼ਤ ਤੇ ਸਤਿਗੁਰੂ ਜੀ ਆਪ ਰਾਜਮਾਨ ਹੋ ਕਰਕੇ ਸੰਗਤਾਂ ਨੂੰ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਿਆ ਕਰਦੇ ਸਨ ਉਸ ਤਖ਼ਤ ਤੇ ਸੁਸ਼ੋਭਿਤ ਕਰਕੇ ਉਸ ਸ਼ਬਦ ਗੁਰੂ ਦੇ ਸਿਧਾਂਤ ਨੂੰ ਜੋ ਪਹਿਲੇ ਦੂਜੇ ਤੀਜੇ ਚੌਥੇ ਸਤਿਗੁਰਾਂ ਨੇ ਆਪਣੇ ਗੁਰਸਿੱਖ ਸੰਗਤਾਂ ਨੂੰ ਬਖਸ਼ਿਸ਼ ਕੀਤਾ ਸੀ ਉਸ ਸ਼ਬਦ ਗੁਰੂ ਦੇ ਸਿਧਾਂਤ ਨੂੰ ਸਾਕਾਰ ਰੂਪ ਵਿੱਚ ਮਾਨਤਾ ਦੇ ਦਿੱਤੀ ਅਤੇ ਸਤਿਗੁਰਾਂ ਦੇ ਬਚਨ ਹਨ ਜੋ ਇਤਿਹਾਸ ਵਿੱਚ ਲਿਖੇ ਹੋਏ ਹਨ। ਸਾਧ ਸੰਗਤ ਜੀ, ਸਤਿਗੁਰ ਕੇਵਲ ਸਰੀਰ ਜੋ ਸਭ ਥਾਨ ਸਦੈ ਸਭਨਾ ਅੰਦਰ ਸਹਿ ਹੈ, ਗ੍ਰੰਥ ਰਿਦਾ ਗੁਰ ਕੋ ਇਹ ਜਾਣੋ ਉੱਤਮ ਹੈ ਸਭ ਕਾਮ ਰਹੇ ਹੈ, ਮੋਰੇ ਸਰੂਪ ਤੇ ਜਾਣਦੇ ਹੈ ਵੀਰਜ ਸਾਹਿਬ ਜਾਣ ਅਦਾਇਬ ਕਹਿ ਹੈ, ਉਜੋ ਚੰਦਨ ਕੇਸਰ ਕੋ ਘਸ ਧੂਪ ਤੁਖਾਏ ਕੇ ਫੂਲ ਚੜ੍ਹੈ ਹੈ। ਅਤੇ ਸਤਿਗੁਰੂ ਜੀ ਦੇ ਸ੍ਰੀ ਮੁਖਵਾਕ ਪਵਿੱਤਰ ਗੁਰਬਾਣੀ ਅੰਦਰ ਇਹ ਬਚਨ ਹਨ। ਇਹ ਜੋ ਪੋਥੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਉੱਥੇ ਪਰਮੇਸ਼ਰ ਦਾ ਥਾਨ ਸਾਧ ਸੰਗ ਗਾਵ ਹੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਸਾਧਕ ਸਿੱਧ ਸਗਲ ਮੁਲ ਲੋਚ ਹੈ ਬਿਰਲਾ ਗਾਵੈ ਧਿਆਨ ਜਿਸੈ ਕਿਰਪਾਲ ਹੋਵੇ ਮੇਰਾ ਸੁਆਮੀ ਤਾਕੋ ਪੂਰਨ ਕਾਮ ਜਮ ਕੇ ਹਿਰਦੈ ਬਸੇ ਭੈ ਭੰਜਨ ਇਸ ਜਾਣੇ ਸਗਲ ਜਹਾਨ ਹਿਰ ਪਲ ਵਿਸਰ ਨਾਹੀ ਮੇਰੇ ਗਲ ਤੇ ਇਹੋ ਨਾਨਕ ਮੰਗੈ ਦਾਨ। ਇਹ ਪੋਥੀ ਸਾਹਿਬ ਥਾਨ ਕਹੀਏ
ਅਸਥਾਨ ਹੈ, ਨਿਵਾਸ ਅਸਥਾਨ ਹੈ, ਇੱਥੇ ਕੌਣ ਇਹਦੇ ਅੰਦਰ ਕੌਣ ਨਿਵਾਸ ਰੱਖਦੇ ਹਨ? ਪਰਮੇਸ਼ਰ, ਪਰਿਪੂਰਨ ਪਰਮੇਸ਼ਰ ਵਾਹਿਗੁਰੂ ਜੀ ਦਾ ਨਿਵਾਸ ਅਸਥਾਨ ਹੈ। ਭਾਵ ਪਰਮੇਸ਼ਰ ਵਾਹਿਗੁਰੂ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬਿਰਾਜਮਾਨ ਹਨ, ਪ੍ਰਤੱਖ ਸਰੂਪ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਰਮੇਸ਼ਰ ਵਾਹਿਗੁਰੂ ਜੀ ਦਾ। ਜਾਣੋ ਸੋ ਸਿੱਖ ਨਹੀਂ ਹਮਾਰਾ, ਜਿਹੜਾ ਸਿੱਖ ਬਾਣੀ ਗੁਰੂ ਜੀ ਦਾ ਅਦਬ ਸਤਿਕਾਰ ਨਹੀਂ ਕਰਦਾ ਉਹ ਸਾਡਾ ਸਿੱਖ ਹੀ ਨਹੀਂ ਹੋ ਸਕਦਾ। ਜੇ ਗੁਰੂ ਕੀ ਬਾਣੀ ਦਾ ਨਿਤਨੇਮ ਸਿਮਰਨ ਗੁਰੂ ਕੇ ਸਿੱਖ ਦੇ ਜੀਵਨ ਵਿੱਚੋਂ ਨਿਕਲ ਜਾਵੇ, ਸੱਖਣਾ ਹੋਵੇ ਗੁਰੂ ਕੇ ਸਿੱਖ ਦਾ ਜੀਵਨ ਗੁਰੂ ਕੀ ਬਾਣੀ ਦੇ ਨਿਤਨੇਮ ਅਤੇ ਸਿਮਰਨ ਤੋਂ ਬਿਨਾਂ, ਤਾਂ ਜੀਵਨ ਜਿਹੜਾ ਹੈ ਉਹ ਬਿਲਕੁਲ ਨਿਸਫਲ ਹੈ, ਵਿਅਰਥ ਹੈ। ਸਾਧ ਸੰਗਤ ਜੀ, ਜਿਸ ਤਰ੍ਹਾਂ ਸਵਾਸਾਂ ਤੋਂ ਬਿਨਾਂ ਸਰੀਰ ਜਿਹੜਾ ਹੈ ਉਹ ਬਿਲਕੁਲ ਇੱਕ ਮਿੱਟੀ ਦੀ ਨਿਆਈ ਹੈ, ਸਾਸ ਬਿਨਾਂ ਜੈਸੇ ਇੱਕ ਮ੍ਰਿਤਕ ਕੀ ਲੋਥਾ। ਪਰਮ ਸਤਿਕਾਰ ਯੋਗ ਸਾਧ ਸੰਗਤ ਜੀ, ਅੱਠ ਤੇ ਨੌਵੇਂ ਸਤਿਗੁਰਾਂ ਨੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਆਪਣੀਆਂ ਗੁਰਸਿੱਖ ਸੰਗਤਾਂ ਦੇ ਹਿਰਦੇ ਅੰਦਰ ਪ੍ਰਗਟ ਕਰਦਿਆਂ ਹੋਇਆ ਦਸਵੇਂ ਜਾਮੇ ਦੇ ਅੰਦਰ ਸਤਿਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਅੰਦਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਪੰਜ ਸਿੰਘ ਸਤਿਗੁਰੂ ਜੀ ਦੇ ਚਰਨਾਂ ਵਿੱਚ ਖੜੇ ਕਰਕੇ ਸਾਰੇ ਖਾਲਸੇ ਨੂੰ ਸੰਬੋਧਨ ਕਰਕੇ ਸਤਿਗੁਰਾਂ ਦੇ ਵਚਨ ਕੀਤੇ ਸਨ, ਗੁਰੂ ਖਾਲਸਾ ਜੀ ਅੱਜ ਤੋਂ ਦੇਹ ਧਾਰੀ ਗੁਰੂ ਦੀ ਜੋ ਪ੍ਰਥਾ ਮਰਜ਼ਾਦਾ ਹੈ ਉਹ ਸਮਾਪਤ ਹੋ ਰਹੀ ਹੈ, ਅਸੀਂ ਆਤਮਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਪ੍ਰਵੇਸ਼ ਕਰ ਰਹੇ ਹਾਂ ਅਤੇ ਸਰੀਰ ਕਰਕੇ ਖਾਲਸੇ ਵਿੱਚ ਪ੍ਰਵੇਸ਼ ਕਰ ਰਹੇ ਹਾਂ। ਖਾਲਸੇ ਪੰਥ ਦੇ ਗੁਰਮਤਿ ਪ੍ਰਚਾਰ ਪ੍ਰਸਾਰ ਅਮਰ ਪ੍ਰਚਾਰ ਦੀ ਸਾਰੀ ਜੋ ਮਾਨ ਮਰਜ਼ਾਦਾ ਦਾ ਹੱਕ ਹਕੂਕ ਅਧਿਕਾਰ ਪੰਜਾਂ ਸਿੰਘਾਂ ਨੂੰ ਬਖਸ਼ਿਸ਼ ਕੀਤਾ ਹੈ ਅਤੇ ਗੁਰਿਆਈ ਗਤੀ ਦੀ ਬਖਸ਼ਿਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਰਕੇ ਸਤਿਗੁਰਾਂ ਨੇ ਵਚਨ ਕੀਤੇ ਹਨ, ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਆਗਿਆ ਪਈ ਅਕਾਲ ਕੀ ਤਦੀ ਚਲਾਇਓ ਪੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਲੋ ਚਾਹੇ ਖੋਜ ਸ਼ਬਦ ਨਾ ਦੇ। ਸੋ ਪਰਮ ਸਤਿਕਾਰ ਯੋਗ ਸਾਧ ਸੰਗਤ ਜੀ, ਅਸੀਂ ਜਾਗਤ ਜੋਤ ਪ੍ਰਗਟ ਗੁਰਾਂ ਕੀ ਦੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਪੂਰਨ ਦ੍ਰਿੜ ਵਿਸ਼ਵਾਸ ਰੱਖੀਏ, ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦਾ ਪਵਿੱਤਰ ਹੁਕਮ ਪਹਿਲਾਂ ਸੁਣਨਾ ਹੈ ਫਿਰ ਮੰਨਣਾ ਹੈ, ਉਸ ਹੁਕਮ ਨੂੰ ਆਪਣੇ ਅੰਤਸ਼ਕਰਨ ਵਿੱਚ ਉਤਾਰ ਕਰਕੇ ਫਿਰ ਉਸ ਹੁਕਮ ਦੀ ਗੁਰੂ ਕੇ ਸਿੱਖ ਨੇ ਕਮਾਈ ਕਰਨੀ ਹੈ, ਫਿਰ ਸਾਡਾ ਇਹ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋ ਸਕਦਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਸਾਰੀਆਂ ਸਮੂਹ ਸਿੱਖ ਸੰਗਤਾਂ ਵਧਾਈ ਦੇ ਪਾਤਰ ਹੋ। ਕਿੰਨਾ ਸੋਭਨੀਕ ਸੁਹਾਵਣਾ ਸਮਾਂ ਹੈ ਜਦੋਂ ਕਿ ਸੰਤ ਮਹਾਂਪੁਰਖ ਪੰਜਾਬ ਦੀ ਧਰਤੀ ਤੋਂ ਸੁਲਤਾਨਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੋਂ ਜਿਸ ਧਰਤੀ ਤੇ ਜਗਤ ਗੁਰੂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਪਣੀ ਜੀਵਨ ਜ਼ਿੰਦਗੀ ਦਾ ਕਿੰਨਾ ਨਵਾਂ ਸਮਾਂ ਬਤੀਤ ਕਰਦਿਆਂ ਹੋਇਆ ਉਸ ਧਰਤੀ ਦੇ ਜਲੇ ਜਲੇ ਨੂੰ ਪਵਿੱਤਰ ਕੀਤਾ ਹੈ। ਅੱਜ ਵੀ ਜਦੋਂ ਉੱਥੇ ਉਸ ਧਰਤੀ ਦੀ ਚਰਨ ਧੂੜ ਪਰਸਨ ਵਾਸਤੇ ਜਾਂਦੇ ਹਾਂ ਤਾਂ ਸੁੱਤੇ ਸਿੱਧ ਹੀ ਸੁੱਤ ਜਿਹੜੀ ਹੈ ਉਹ ਵਾਹਿਗੁਰੂ ਜੀ ਦੇ ਧਿਆਨ ਵਿੱਚ ਲੀਨ ਹੋ ਜਾਂਦੀ ਹੈ ਉਸ ਧਰਤੀ ਤੋਂ। ਪਰਮ ਪੂਜੀਏ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਜੀ ਬਾਬਾ ਜਗਦੀਸ਼ ਸਿੰਘ ਸਾਹਿਬ ਜੀ, ਜਿਹਨਾਂ ਨੇ ਦਾਸ ਨੂੰ ਹੁਕਮ ਕਰਕੇ ਆਪ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਮਹਾਂਪੁਰਖਾਂ ਦਾ ਵੀ ਦਾਸ ਧੰਨਵਾਦੀ ਹੈ ਅਤੇ ਪੰਥ ਦੇ ਮਹਾਨ ਵਿਦਵਾਨ ਨਸਮੀਨ ਸਾਹਿਬ ਜੀ ਸੁਸ਼ੋਭਿਤ ਹਨ। ਬਹੁਤ ਹੀ ਖੁਸ਼ੀਆਂ ਭਰਿਆ ਸਮਾਂ ਹੈ ਇਸ ਸਮੇਂ ਤੇ ਦਾਸ ਆਪਣੇ ਵੱਲੋਂ ਮਿਸਲ ਸ਼ਹੀਦਾਂ ਕਰਨ ਦਾ ਹਰੀਆਂ ਮੇਲਾ ਜਥੇਬੰਦੀ ਵੱਲੋਂ ਜਗਤ ਗੁਰੂ ਸਤਿਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਰਵ ਗੁਰੂ ਖਾਲਸਾ ਸਾਧ ਸੰਗਤ ਜੀ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਆਪ ਜੀ ਦਾ ਮਹਾਂਪੁਰਸ਼ਾਂ ਦਾ ਧੰਨਵਾਦ ਕਰਦਾ ਹੋਇਆ ਆਪ ਜੀ ਪਾਸੋਂ ਖਿਮਾ ਲਾਦਾ ਖਾਂ ਦਾਸ ਦੀ ਹਾਜ਼ਰੀ ਪ੍ਰਵਾਨ ਕਰਨੀ ਉਹਨਾਂ ਪ੍ਰਕਾਰ ਮਾਫ਼ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦਾਸ ਸਰਨਾ ਦਾ ਦਿਨਕੀ ਕੀ ਆਪ ਜੀ ਨੂੰ 8 ਵਜੇ ਟੀਕਰ ਕਥਾ ਅਤੇ ਉਸਦੀ ਵਿਚਾਰ ਸਰਨ ਚਾਹੁੰਗੇ। ਸੋ ਦਾਸ ਸੰਤਾਂ ਦਾ ਮਹਾਂਪੁਰਸ਼ਾਂ ਦਾ ਫਿਰ ਵਾਰ ਵਾਰ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਕਿ ਪੰਜਾਬ ਤੋਂ ਚੱਲ ਕੇ ਗੁਰਦੁਆਰਾ ਸਾਹਿਬ ਜੀ ਸ਼੍ਰੀ ਵਿਖੇ ਆ ਕੇ ਸੰਗਤਾਂ ਨੂੰ ਸਿੱਧੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ ਸਰਵਣ ਕਰਾਏ ਅਤੇ ਗੁਰੂ ਦੀਆਂ ਲਾੜੀਆਂ ਸੰਗਤਾਂ ਦੇ ਨੂੰ ਦਰਸ਼ਨ ਦਿੱਤੇ। ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੂ ਪ੍ਰਸਾਦ। ਹੇ ਪ੍ਰਾਣਨਾਥ ਗੋਵਿੰਦ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ। ਹੇ ਸਰਨ ਜੋ ਦਇਆ ਦੇ ਦੀਨਾ ਨਾਥ ਮਰਾ ਕਰੋ। ਸਰੀਰ ਸਵਸਥ ਕੀਣ ਸਮੇਂ ਸਿਮਰਨ ਤਨਾਨਿਕ ਰਾਮ ਦਾ ਭਵਦਰ ਮਾਤਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਤਸੰਗ ਜੀ ਅੰਤ ਪ੍ਰਸਿੱਧ ਦੋ ਮਹਾਨ ਹਸਤੀਆਂ ਮਹਾਂਪੁਰਸ਼ਾਂ ਪਾਸੋਂ ਆਪਣੇ ਗੁਰਮਤਿ ਸਿਧਾਂਤ ਦੀਆਂ ਬੜੀ ਸਿਧਾਂਤਿਕ ਢੰਗ ਨਾਲ ਵਿਚਾਰਾਂ ਸਰਵਣ ਕੀਤੀਆਂ। ਇੱਕ ਲੜੀ ਵਾਰ ਜੋ ਦਾਸ ਇਸ ਵਕਤ ਆਪਣਾ ਵਿਚਾਰ ਸਰਵਣ ਕਰਾਉਣਾ ਚਾਹੁੰਦਾ ਉਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਦੋ ਪੰਕਤੀਆਂ ਪੰਕਤੀਆਂ ਆਪਣੂੰ ਸਰਵਣ ਕਰਾਵਾਂ। ਇਸ ਤੋਂ ਪ੍ਰਥਮ ਅਰਜ਼ ਕਰਾਂ ਸੂਰਜ ਦੀ ਹੋਂਦ ਦਾ ਪਤਾ ਚੱਲਦਾ ਹੈ ਚਾਨਣੇ ਨਾਲ ਪ੍ਰਕਾਸ਼ ਪ੍ਰਕਾਸ਼ ਕਰਕੇ ਸੂਰਜ ਦਾ ਪਤਾ ਚੱਲਦਾ ਹੈ। ਪ੍ਰਕਾਸ਼ ਦੇ ਪਦਾਰਥ ਦਿਖਾਈ ਦਿੰਦਾ ਪ੍ਰਕਾਸ਼ ਦੇ ਸਾਰਾ ਸਾਜੋ ਸਮਾਨ ਦਿਖਾਈ ਦਿੰਦਾ ਅਤੇ ਪ੍ਰਕਾਸ਼ ਦੇ ਸੂਰਜ ਦੀ ਹੋਂਦ ਦਾ ਵੀ ਪਤਾ ਚੱਲਦਾ ਹੈ ਪ੍ਰਕਾਸ਼ ਕਿੱਥੋਂ ਆ ਰਿਹਾ। ਜਿੱਥੇ ਪ੍ਰਕਾਸ਼ ਸੂਰਜ ਦੀ ਹੋਂਦ ਨੂੰ ਪ੍ਰਗਟ ਕਰਦਾ ਹੈ ਉੱਥੇ ਪ੍ਰਕਾਸ਼ ਪ੍ਰਗਟ ਹੁੰਦਾ ਹੈ ਕਿਰਨਾਂ ਦੇ ਰਾਹ ਸੂਰਜ ਦੀਆਂ ਕਿਰਨਾਂ ਦੇ ਰਾਹ। ਜਿਵੇਂ ਪ੍ਰਕਾਸ਼ ਕਰਕੇ ਸੂਰਜ ਦਾ ਪਤਾ ਚੱਲਦਾ ਹੈ ਗਿਆਨ ਕਰਕੇ ਹੀ ਭਗਵਾਨ ਦਾ ਪਤਾ ਚੱਲਦਾ ਗਿਆਨ ਦੇ ਚ ਹੀ ਸਭ ਕੁਝ ਸੂਰਜ ਸਮਝ ਪੈ ਜਾਂਦੀ। ਸੂਰਜ ਦਾ ਪ੍ਰਕਾਸ਼ ਬਾਹਰ ਪਦਾਰਥ ਨੂੰ ਪ੍ਰਗਟ ਕਰਦਾ ਹੈ ਭਗਵਾਨ ਦਾ ਗਿਆਨ ਹੀ ਭਗਵਾਨ ਨੂੰ ਪ੍ਰਗਟ ਕਰਦਾ ਹੈ ਹੋਰ ਨਹੀਂ ਪ੍ਰਗਟ ਕਰ ਸਕਦਾ। ਪ੍ਰਭੂ ਦਾ ਇਹ ਗਿਆਨ ਜੋ ਪ੍ਰਗਟ ਹੁੰਦਾ ਹੈ ਅਕਸ਼ਰਾਂ ਦੇ ਰਾਹੀਂ ਹੁੰਦਾ ਹੈ ਅੱਖਰਾਂ ਦੇ ਰਾਹੀਂ। ਅਖਰੀ ਨਾਮ ਅਖਰੀ ਸਾਰਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਜੋਗ ਵਖਾਣ। ਪਰਮਾਤਮਾ ਰੂਪੀ ਸੂਰਜ ਦੀਆਂ ਇਹ ਸਾਰੀ ਗੁਰਬਾਣੀ ਦੇ ਵਾਕ ਕਿਰਨਾਂ ਨੇ ਕਿਰਨਾਂ ਪਰਮਾਤਮਾ ਦੇ ਚਾਨਣੇ ਨੂੰ ਪ੍ਰਗਟ ਕਰਦੀਆਂ। ਹਾਂ ਅੰਧੇ ਲਈ
ਸੂਰਜ ਦਾ ਚਾਨਣਾ ਬੇਮੈਨੀ ਹੋ ਜਾਂਦਾ ਕਿਉਂਕਿ ਚਾਨਣੇ ਨੂੰ ਵੇਖਣ ਵਾਸਤੇ ਅੱਖਾਂ ਵਿੱਚ ਚਾਨਣਾ ਚਾਹੀਦਾ ਹੈ। ਅੰਧੀਆਂ ਅੱਖਾਂ ਨਾਲ ਸੂਰਜ ਦੇ ਚਾਨਣੇ ਤੋਂ ਲਾਭ ਨਹੀਂ ਉਠਾਇਆ ਜਾ ਸਕਦਾ, ਅੰਧੇ ਮਨ ਦੇ ਨਾਲ ਭਗਵਾਨ ਦੇ ਗਿਆਨ ਤੋਂ ਲਾਭ ਨਹੀਂ ਉਠਾਇਆ। ਅੰਧੀ ਕਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਖੜ ਲਾਈਏ ਕਹਿ ਥੀਏ ਜਾਂ ਟੁੱਟੇ ਪੱਥਰ ਬੰਧ। ਮਹਾਰਾਜ ਕਹਿੰਦੇ ਸਭ ਕੁਝ ਮਨ ਅੰਧਾ ਹੈ ਤੇ ਕਰ ਰਿਹਾ, ਅੰਧੇਰੇ ਚ ਭਟਕਣਾ ਹੁੰਦਾ ਹੈ, ਰਸਤਾ ਦਿਖਾਈ ਨਹੀਂ ਦਿੰਦਾ ਤੇ ਚੱਲਣਾ ਕੀ ਹੋਵੇਗਾ, ਤੇ ਭਟਕਣਾ ਹੋਵੇਗਾ, ਭਟਕਣਾ ਹੋਵੇਗਾ। ਇਸ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹੁੰਦਾ, ਅੰਧੇਰੇ ਤੋਂ ਵੱਡਾ ਕੋਈ ਪੜਦਾ ਨਹੀਂ ਹੈ, ਅੰਧੇਰਾ ਸਭ ਤੋਂ ਵੱਡਾ ਪੜਦਾ ਹੈ। ਅੰਧੇਰੇ ਵਿੱਚ ਪਹਾੜ ਨਹੀਂ ਦਿਖਾਈ ਦਿੰਦੇ, ਅੰਧੇਰੇ ਚ ਜੰਗਲ ਨਹੀਂ ਦਿਖਾਈ ਦਿੰਦਾ, ਅੰਧੇਰੇ ਚ ਇਤਨਾ ਵੱਡਾ ਸਾਗਰ ਵੀ ਨਹੀਂ ਦਿਖਾਈ ਦਿੰਦਾ, ਭਾਵੇਂ ਜ਼ਮੀਨ ਨਾਲੋਂ 3 ਗੁਣਾ ਵੱਡਾ ਹੈ। 1 ਲੱਖ ਮਨੁੱਖ ਬੈਠਾ ਹੋਵੇ, ਅੰਧੇਰੇ ਚ ਇੱਕ ਵੀ ਨਹੀਂ ਦਿਖਾਈ ਦਿੰਦਾ, ਅੰਧੇਰੇ ਤੇ ਕਹਿੰਦੇ ਆਪਣਾ ਹੱਥ ਵੀ ਨਹੀਂ ਦਿਖਾਈ। ਅੰਧੇਰੇ ਤੋਂ ਵੱਡਾ ਕੋਈ ਪੜਦਾ ਨਹੀਂ ਹੈ, ਅੰਧੇਰਾ ਸਭ ਕੁਝ ਨੂੰ ਛੁਪਾ ਦਿੰਦਾ ਹੈ, ਅੰਧੇਰੇ ਚ ਰਸਤਾ ਦਿਖਾਈ ਨਹੀਂ ਦਿੰਦਾ ਤੇ ਚੱਲਣਾ ਕੀ ਹੋਵੇਗਾ, ਕਿਆ ਅੰਧੇਰੇ ਵਿੱਚ ਯਾਤਰਾ ਹੋ ਸਕਦੀ ਹੈ? ਅੰਧੇਰੇ ਵਿੱਚ ਯਾਤਰਾ ਕਰਨੀ ਹੋਵੇ ਤੇ ਗੱਡੀ ਦੀਆਂ ਹੈੱਡਲਾਈਟਾਂ ਚਲਾਉਣੀਆਂ ਪੈਂਦੀਆਂ, ਰੋਸ਼ਨੀ ਚ ਯਾਤਰਾ ਹੁੰਦੀ ਹੈ, ਰੋਸ਼ਨੀ ਦੇ ਚੱਲਣਾ ਪੈਂਦਾ ਹੈ, ਪ੍ਰਕਾਸ਼ ਦੇ ਚੱਲਣਾ ਪੈਂਦਾ ਹੈ। ਅੰਧੇਰੇ ਚ ਚੱਲਣਾ ਔਖਾ ਹੈ ਕਿਉਂਕਿ ਰਸਤਾ ਹੀ ਨਹੀਂ ਦਿਖਾਈ ਦਿੰਦਾ ਤੇ ਚੱਲਣਾ ਕੀ ਹੈ। ਤੋ ਆਪਦੀ ਗੱਤ ਲਈ ਅਰਜ਼ ਕਰਾਂ, ਜਿਵੇਂ ਸੂਰਜ ਦੇ ਚਾਨਣੇ ਚ ਪਦਾਰਥ ਤੇ ਰਸਤੇ ਪ੍ਰਗਟ ਆਉਂਦੇ ਹੈ, ਪਰ ਸੂਰਜ ਦੀ ਹੋਂਦ ਦਾ ਵੀ ਪਤਾ ਚੱਲਦਾ ਹੈ ਚਾਨਣਾ ਕਿੱਥੋਂ ਆ ਰਿਹਾ। ਗਿਆਨ ਕਰਕੇ ਹੀ ਭਗਵਾਨ ਦਾ ਪਤਾ ਚੱਲਦਾ। ਚਾਨਣਾ ਸਾਰਾ ਸੂਰਜ ਤੋਂ ਆ ਰਿਹਾ, ਗਿਆਨ ਸਾਰਾ ਪਰਮਾਤਮਾ ਤੋਂ ਆ ਰਿਹਾ, ਹੋਰ ਕਿਧਰੋਂ ਵੀ ਨਹੀਂ ਆ ਰਿਹਾ। ਤੋ ਸਰਵ ਕਲਾ ਕਾ ਗਿਆਤਾ, ਉਹ ਹਰ ਤਰ੍ਹਾਂ ਦੇ ਕਲਾ ਦਾ ਗਿਆਨੀ ਹੈ, ਸਾਰੇ ਦਾ ਸਾਰਾ ਗਿਆਨ ਉਸੇ ਕੋਲੋਂ। ਮੇਰੇ ਘਰ ਵਿੱਚ ਚਾਨਣਾ ਹੈ ਤੋ ਚਾਨਣਾ ਤੇ ਸੂਰਜ ਦਾ, ਅਗਰ ਕਿਸੇ ਹਿਰਦੇ ਚ ਕੋਈ ਗਿਆਨ ਹੈ ਤੋ ਗਿਆਨ ਤੇ ਭਗਵਾਨ ਦਾ, ਮਨੁੱਖ ਦਾ ਨਹੀਂ। ਕੋਈ ਵੀ ਗੁਣ ਮਨੁੱਖ ਦਾ ਆਪਣਾ ਨਹੀਂ ਹੈ, ਫਿਰ ਕਿਸ ਦਾ? ਸਭ ਗੁਣ ਤੇਰੇ, ਮੈਂ ਨਾ ਹੀ ਕੋਈ, ਪ੍ਰਭੂ ਇਹ ਗੁਣ ਤੇਰੇ ਹੈ, ਮੇਰੇ ਨਹੀਂ ਹੈ। ਜਿੱਥੇ ਤੂੰ ਬਹੁਤ ਕੁਛ ਦਾਨ ਦਿੱਤਾ ਹੈ ਉੱਥੇ ਗਿਆਨ ਦਾ ਦਾਨ ਵੀ ਤੂੰ ਕਰਦਾ, ਗੁਣਾਂ ਦਾ ਦਾਨ ਵੀ ਤੂੰ ਕਰਦਾ, ਤੈਥੋਂ ਆਉਂਦਾ ਸਭ ਕੁਛ, ਤੇਰੇ ਤੋਂ ਆਉਂਦਾ, ਤੇਰੇ ਤੋਂ ਬਿਨਾਂ ਹੋਰ ਕਿਧਰੋਂ, ਕਿਸੇ ਪਾਸੇ ਕੋਈ ਚੀਜ਼ ਨਹੀਂ ਆਉਂਦੀ। ਗਿਆਨ ਦਾ ਦਾਨ ਵੀ ਤੂੰ ਕਰਦਾ, ਤੂੰ ਸਰਵ ਕਲਾ ਕਾ ਗਿਆਤਾ। ਇਸ ਵਾਸਤੇ ਆਦਿ ਗੁਰੂ ਪਰਮਾਤਮਾ ਹੈ, ਆਉ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਨਾਰਾ। ਉਹ ਭਗਵਾਨ ਆਪਣਾ ਗਿਆਨ ਵੰਡਦਾ ਹੈ ਅੱਖਰਾਂ ਦੇ ਰਾਹ, ਅੱਖਰ ਕਿਰਨਾਂ ਨੇ, ਅਖਰੀ ਨਾਮ ਅਖਰੀ ਸਾਰਾ, ਅਖਰੀ ਗਿਆਨ ਗੀਤ ਗੁਣ ਦਾ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਜ਼ਬਾਨ ਹੈ, ਆਵਾਜ਼ ਤੇ ਕਰ ਲਈਏ ਪਰ ਅੱਖਰ ਨਹੀਂ। ਜਿਵੇਂ ਗੂੰਗੇ ਕੋਲ ਅੱਖਰ ਨਹੀਂ ਹੈ, ਉਹਦੇ ਕੋਲ ਪੁੱਛੋ ਤੇਰਾ ਨਾਮ ਕੀ ਹੈ, ਨਹੀਂ ਦੱਸ ਸਕਦਾ। ਆ ਆ ਕਰੇਗਾ, ਕਿੱਥੇ ਜਾਣਾ ਹੈ ਤੂੰ, ਨਹੀਂ ਦੱਸ ਸਕਦਾ। ਕਿੱਥੋਂ ਆਇਆ ਤੂੰ, ਨਹੀਂ ਦੱਸ ਸਕਦਾ। ਕਿਉਂ? ਆਵਾਜ਼ ਤੇ ਹੈ, ਅਲਫਾਜ਼ ਕੋਈ ਨਹੀਂ, ਅੱਖਰ ਨਹੀਂ। ਸਾਰਾ ਗਿਆਨ ਅੱਖਰਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ ਕਿ ਜਿੰਨੇ ਅੱਖਰ ਨੇ, ਅੱਖਰ ਅੰਦਰ ਤ੍ਰਿਭੁਵਨ ਧਾਰੇ, ਇਹ ਪ੍ਰਮਾਤਮਾ ਰੂਪੀ ਸੂਰਜ ਦੀਆਂ ਕਿਰਨਾਂ ਹੈ। ਇਹਨਾਂ ਕਿਰਨਾਂ ਤੋਂ ਲਾਭ ਉਠਾਉਣਾ ਹੈ ਤੋ ਕਿਸ ਤਰ੍ਹਾਂ ਉਠਾਈਏ, ਹੁਣ ਧਿਆਨ ਨਾਲ ਸੁਣਨਾ। ਅਗਰ ਗੁਰੂ ਸ਼ਬਦ ਹੈ, ਸ਼ਬਦ ਸੁਣਨ ਦਾ ਵਿਸ਼ਾ ਹੈ, ਵੇਖਣ ਦਾ ਵਿਸ਼ਾ ਨਹੀਂ ਹੈ।
ਸ਼ਬਦ ਕਹਿੰਦੇ ਨੇ ਆਵਾਜ਼ ਨੂੰ, ਆਵਾਜ਼ ਵੇਖਣ ਦਾ ਵਿਸ਼ਾ ਨਹੀਂ ਹੈ, ਸੁਣਨ ਦਾ ਵਿਸ਼ਾ ਹੈ। ਰੂਪ ਰੰਗ ਆਕਾਰ ਸੁਣਨ ਦਾ ਵਿਸ਼ਾ ਨਹੀਂ ਹੈ, ਵੇਖਣ ਦਾ ਵਿਸ਼ਾ ਹੈ, ਵੇਖਣ ਦਾ ਵਿਸ਼ਾ। ਸਵਾਦ ਕੌੜਾ ਕਸੈਲਾ ਮਿੱਠਾ, ਕੌੜੇ ਨੂੰ ਵੀ ਰਸ ਮੰਦਨ ਛੇ ਰਸ ਨੇ, ਮਿੱਠਾ ਹੈ, ਸਲੂਣਾ ਹੈ, ਕੌੜਾ ਹੈ, ਕਰਕਰਾ ਹੈ, ਖੱਟਾ ਹੈ, ਖਟਮਿਟੜਾ ਹੈ, ਇਹ ਸਾਰੇ ਛੇ ਰਸ ਮੰਨਦੇ ਨੇ। ਖੱਟ ਰਸ ਰਸ ਸੁਣਨ ਦਾ ਵਿਸ਼ਾ ਨਹੀਂ ਹੈ, ਰਸ ਸੁੰਘਣ ਦਾ ਵਿਸ਼ਾ ਵੀ ਨਹੀਂ ਹੈ, ਰਸ ਚੱਖਣ ਦਾ ਵਿਸ਼ਾ ਹੈ। ਇਹ ਖੱਟਾ ਹੈ, ਮਿੱਠਾ ਹੈ, ਸਲੂਣਾ ਹੈ, ਇਹ ਚੱਖਣ ਦਾ ਵਿਸ਼ਾ ਹੈ। ਸ਼ਬਦ ਚੱਖਣ ਦਾ ਵਿਸ਼ਾ ਨਹੀਂ ਹੈ, ਵੇਖਣ ਦਾ ਵਿਸ਼ਾ ਨਹੀਂ ਹੈ, ਸੁੰਘਣ ਦਾ ਵਿਸ਼ਾ ਨਹੀਂ ਹੈ, ਸ਼ਬਦ ਸੁਣਨ ਦਾ ਵਿਸ਼ਾ ਹੈ। ਗੁਰੂ ਸਰਵਨ ਦਰਸ਼ਨ ਹੈ, ਸੁਣਨਾ ਸੁਣਨਾ। ਉਪਨਿਸ਼ਦਾਂ ਦੇ ਰਿਸ਼ੀ ਵੀ ਇਸ ਤਰ੍ਹਾਂ ਕਹਿੰਦੇ ਨੇ, ਸੁਤਵਾ ਧਰਮੰ ਵਿਜਾਨਾਤੀ, ਸੁਣਨ ਦੇ ਨਾਲ ਹੀ ਧਰਮ ਦੀ ਪ੍ਰਾਪਤੀ ਹੁੰਦੀ ਹੈ। ਪ੍ਰਥਮ ਸੁਣਨਾ ਹੈ, ਬਸ ਇਤਨਾ ਹੀ ਕਾਫੀ। ਭੁੱਖ ਕਿਵੇਂ ਮਿਟੇਗੀ? ਭੋਜਨ ਛੱਕ ਕੇ, ਭੁੱਖ ਤੇ ਮਿਟ ਗਈ, ਪਰ ਜੇ ਛੱਕਿਆ ਹੋਇਆ ਭੋਜਨ ਹੁਣ ਨਾ ਬਣੇ, ਪਚੇ ਨਾ, ਫਿਰ ਵੀ ਜੀਵਣਾ ਔਖਾ ਹੋ ਜਾਏਗਾ। ਉਹ ਬਚਣਾ ਚਾਹੀਦਾ, ਉਹਦਾ ਹੁਣ ਬਣਨਾ ਚਾਹੀਦਾ, ਤਾਂ ਹੀ ਅਸੀਂ ਜਿੰਦਾ ਰਹਿ ਸਕਦੇ ਹਾਂ। ਖਾ ਲਿਆ, ਭੁੱਖ ਮਿਟ ਗਈ, ਪਰ ਪਚਿਆ ਨਹੀਂ, ਹੁਣ ਨਹੀਂ ਬਣਿਆ। ਅਗਰ ਰੋਜ਼ ਰੋਜ਼ ਇਸ ਤਰ੍ਹਾਂ ਹੋਵੇ ਤਾਂ ਮਨੁੱਖ ਬਹੁਤ ਦਿਨ ਤੱਕ ਜਿੰਦਾ ਨਹੀਂ ਰਹਿ ਸਕੇਗਾ, ਅੰਦਰ ਦੀ ਚਰਬੀ ਸਾਰੀ ਗਲ ਜਾਏਗੀ।